ਬੇਨਤੀ ਮੇਰੀ ਇਹ ਹੈ, ਆਪਾਂ ਤੁਹਾਡੇ ਨਾਲ ਨਾ ਥੋੜ੍ਹੀ ਜਿਹੀ ਇੱਕ ਇਤਿਹਾਸ ਦੀ ਗੱਲ ਸੁੱਚਾ ਸਿੰਘ ਸੂਰਮੇ ਦੀ, ਕਿਉਂਕਿ ਉਹ ਚਾਚੀ ਉਹਨਾਂ ਨੇ ਵੀ ਕਹਿ ਤਾਂ ਕਦੇ ਵੀ ਸੁਣਾਓ, ਮੈਂ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਕਰਦਾ। ਗੱਲ ਕਿੱਥੇ ਦੀ ਹੈ ਇਹ? ਆਹ ਆਪਣੇ ਨੇੜੇ ਜੇ ਇੱਧਰ ਨੂੰ ਮਾਨਸਾ ਕਿ ਨਹੀਂ ਨੂੰ ਜਾਈਏ, ਛੋਟਾ ਜਿਹਾ ਕਸਬਾ ਇੱਕ, ਹੁਣ ਤਾਂ ਵਧੀਆ ਸ਼ਹਿਰ ਬਣ ਗਿਆ, ਭੀਖੀ। ਭੀਖੀ ਤੋਂ ਜਦੋਂ ਉਰਲੀ ਸਾਈਡ ਮੁੜਦੇ ਆਪਾਂ, ਜੇ ਆਪਾਂ ਸੁਨਾਮ ਕਰਨੀ ਉਹ ਮਾਨਸਾ ਨੂੰ ਜਾਈਏ ਨਾ, ਜਦੋਂ ਭੀਖੀ ਅੱਡੇ ਚੋਂ ਇਹ ਸੱਜੇ ਹੱਥ ਪਿੰਡ ਹੈ ਸਮਾਓ, ਉੱਥੇ ਦਾ ਸੀਗਾ ਸੁੱਚਾ ਸਿੰਘ ਸੂਰਮਾ। ਮੈਂ ਤੁਹਾਨੂੰ ਝਲਕ ਦਿਖਾਵਾਂ ਸੁੱਚਾ ਸਿੰਘ ਸੂਰਮਾ ਅਤੇ ਉਹਦਾ ਭਰਾ ਨਰਾਇਣ ਸਿੰਘ ਵੱਡਾ ਸੁੱਚੇ ਤੋਂ। ਦੋ ਭਰਾ ਸੀਗੇ ਇਹ, ਸੁੱਚਾ ਅਤੇ ਨਰਾਇਣਾ, ਅਤੇ ਇੱਕ ਇਹਨਾਂ ਦਾ ਹੋਰ ਮਿੱਤਰ ਕਹਿ ਲਈਏ, ਉਹਦਾ ਨਾਂ ਸੀਗਾ ਕੁੱਕਰ। ਕੁੱਕਰ ਉਹ ਸੀਗਾ, ਆਪਾਂ ਸੁਣਦੇ ਨਾ ਕੁੱਕਰ ਮੱਲ ਕਹਿੰਦੇ ਨੇ, ਕੁੱਕਰ ਮੱਲ। ਇਹ ਮੱਲ ਇਹਨਾਂ ਨੂੰ ਊ ਨਹੀਂ ਸੀ ਕਹਿੰਦੇ, ਇਹ ਭਲਵਾਨੀ ਕਰਦੇ ਸੀਗੇ। ਸੁੱਚਾ ਸਿੰਘ ਸੂਰਮਾ ਅਤੇ ਕੁੱਕਰ ਇਕੱਠੇ ਘੋਲ ਜਾਂਦੇ, ਜਿਵੇਂ ਆਪਣੇ ਵੀ ਘੋਲ ਖੇਡ ਹੋ ਕੇ ਹਟੇ ਨਾ, ਐਂ ਮੇਲਿਆਂ 'ਤੇ ਘੋਲਣ ਜਾਂਦੇ, ਝੰਡੀਆਂ ਚੱਕਦੇ ਜਾ ਕੇ ਜਿੱਥੇ, ਕਹਿੰਦੇ ਨਾ ਇਹ ਕੁੱਕਰ ਅਤੇ ਸੁੱਚਾ ਚਲੇ ਜਾਂਦੇ। ਇੰਨੇ ਵਧੀਆ ਭਲਵਾਨ ਸੀਗੇ, ਵਧੀਆ ਐਂ ਚੰਗੇ ਮੱਲ ਕੁਸ਼ਤੀਆਂ ਛੱਡ ਕੇ ਚਲੇ ਜਾਂਦੇ ਸੀ, ਬਹੁਤ ਸੋਹਣਾ ਘੋਲਦੇ ਸੀਗੇ ਦੋਨੇ। ਅਤੇ ਸੁੱਚਾ ਸਿੰਘ ਸੂਰਮਾ ਅਤੇ ਕੁੱਕਰ ਅਗਲਾ ਹੋ ਗਿਆ, ਇਹਦਾ ਵੱਡਾ ਭਰਾ ਹੋ ਗਿਆ ਸੁੱਚਾ ਸਿੰਘ ਸੂਰਮੇ ਦਾ ਨਰਾਇਣ ਸਿੰਘ। ਤਿੰਨੇ ਜਾਣੇ ਜਿੱਥੇ ਜਿਹਦੇ ਘਰ ਸ਼ਾਮ ਹੋ ਗਈ ਪ੍ਰਸ਼ਾਦਾ ਪਾਣੀ ਛਕ ਲਿਆ, ਜਿਹਦੇ ਘਰ ਰਾਤ ਪੈ ਗਈ ਪ੍ਰਸ਼ਾਦਾ ਪਾਣੀ ਛਕ ਲਿਆ, ਪੈ ਗਏ। ਜਮੀ ਕੋਈ ਬਗਾਨੇ ਵਾਲਾ ਕੰਮ ਹੀ ਨਹੀਂ ਸੀਗਾ। ਇੱਕ ਦਿਨ ਸੁੱਚਾ ਸਿੰਘ ਸੂਰਮਾ ਅਤੇ ਕੁੱਕਰ ਬੈਠੇ ਆ, ਦੋਨੇ ਮਾੜਾ ਮੋਟਾ ਪੈਗ ਪੁੱਗ ਵੀ ਲਾਈ ਜਾਂਦੇ ਆ, ਦੋ ਗਲਾਸਾਂ 'ਚ ਪਾਣੀ ਪੀ ਜਾਂਦੇ ਆ। ਕੁੱਕਰ ਕਹਿੰਦਾ ਸੁੱਚਿਆ, ਕਹਿੰਦਾ ਯਾਰ ਮੈਨੂੰ ਐਂ ਲੱਗਦਾ ਓਏ, ਮੈਨੂੰ ਇਹ ਦੁੱਖ ਰਹੂ ਸਾਰੀ ਜ਼ਿੰਦਗੀ ਵੀ ਆਪਾਂ ਨੂੰ ਪਰਮਾਤਮਾ ਨੇ ਇੱਕ ਮਾਂ ਦੇ ਪੇਟੋਂ ਕਿਉਂ ਨਹੀਂ ਪੈਦਾ ਕਰਿਆ। ਮੈਂ ਰੱਬ ਅੱਗੇ ਅਰਦਾਸ ਕਰਦਾ ਵੀ ਜੇ ਕਿਤੇ ਦੁਬਾਰੇ ਜਨਮ ਲਵਾਂ ਮੈਂ ਤੇਰਾ ਸਕਾ ਭਾਈ ਹੋਵਾਂ, ਆਪਣਾ ਭਰਾਵਾਂ ਤੋਂ ਵੱਧ ਪਿਆਰ ਹੈ। ਸੁੱਚਾ ਸਿੰਘ ਨੇ ਵੀ ਜੱਫੀ ਪਾ ਲਈ, ਕਹਿੰਦਾ ਵੀ ਹਾਂ ਯਾਰ ਪਿਆਰ ਆਪਣਾ ਬਹੁਤ ਹੈ। ਕੁੱਕਰ ਕਹਿੰਦਾ ਬਾਈ, ਕਹਿੰਦਾ ਆਪਾਂ ਇੱਕ ਮਾਂ ਦੇ ਪੇਟੋਂ ਜਨਮ ਤਾਂ ਲਿਆ ਨਹੀਂ, ਆਪਾਂ ਹੈਗੇ ਹਾਂ ਯਾਰ, ਪਰ ਸਾਡੇ ਜੇ ਪੰਜਾਬ 'ਚ ਆਪਾਂ ਕਹਿ ਲਈਏ, ਸਾਡੇ ਦੇਸ਼ 'ਚ ਕਹਿ ਲਈਏ, ਜੇ ਇੱਕ ਮਾਂ ਦੇ ਪੇਟੋਂ ਜਨਮ ਨਾ ਵੀ ਲਿਆ ਹੋਵੇ ਬੰਦਿਆਂ ਨੇ, ਉਹ ਫੇਰ ਵੀ ਭਰਾ ਬਣ ਸਕਦੇ ਨੇ, ਭਰਾ ਤੋਂ ਵੱਧ ਹੋ ਜਾਂਦੇ ਨੇ। ਭਰਾ ਕੀ ਕਹਿ ਲਈਏ, ਭਰਾ ਤੋਂ ਵੱਧ ਕਿਵੇਂ ਤਰੀਕਾ ਇਹ ਸਾਡੇ ਬਜ਼ੁਰਗਾਂ ਦਾ ਕਹਿ ਲਈਏ, ਸਾਡੇ ਇਤਿਹਾਸ ਦਾ ਕਹਿ ਲਈਏ। ਸਾਡੇ ਲੋਕ ਇੱਕ ਦੂਜੇ ਨਾਲ ਪੱਗ ਵਟਾ ਕੇ ਯਾਰ ਨੂੰ ਆਪਣਾ ਪੱਗ ਵੱਟ ਭਰਾ ਬਣਾ ਲੈਂਦੇ ਨੇ। ਕੁੱਕਰ ਕਹਿੰਦਾ ਵੀ ਮੇਰਾ ਦਿਲ ਕਰਦਾ ਵੀ ਮੈਂ ਤੇਰੇ ਨਾਲ ਪੱਗ ਵਟਾ ਕੇ ਤੈਨੂੰ ਪੱਗ ਵੱਟ ਭਰਾ ਬਣਾ ਲਾ। ਸੁੱਚਾ ਸਿੰਘ ਸੂਰਮਾ ਕਹਿੰਦਾ ਸੁੱਚਿਆ, ਪੱਗ ਦੀ ਲਾਜ ਰੱਖਣੀ, ਕਹਿੰਦਾ ਕੁੱਕਰਾ ਪੱਗ ਦੀ ਲਾਜ ਰੱਖਣੀ ਬੜੀ ਔਖੀ ਹੈ ਯਾਰ, ਕਹਿ ਦੇਣੀ ਸੌਖੀ ਹੈ ਗੱਲ ਇਹ। ਉਹ ਕਹਿੰਦਾ ਨਹੀਂ, ਮੈਂ ਜਿਹਨੂੰ ਮੰਨਦਾ ਉਹਦੀ ਸਹੁੰ ਖਾਣਾ। ਮੰਨਦੇ ਕਿਹਨੂੰ ਸੀਗੇ, ਕਿਉਂਕਿ ਸਾਡੇ ਆਹ ਗਵਾਂਢ ਦੇ ਬਿੱਤ ਸੀਗੇ ਮਾਨਸਾ ਦੇ ਨੇੜੇ। ਕਹਿੰਦਾ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹਨੇ ਸਾਨੂੰ ਪੱਗ ਦਿੱਤੀ ਹੈ, ਮੈਂ ਉਹਦੀ ਸਹੁੰ ਖਾਣਾ। ਜੇ ਮੈਂ ਕਿਤੇ ਪੱਗ ਨੂੰ ਦਾਗ ਲਾਵਾਂ ਤੂੰ ਐਂ ਢਿੱਲ ਨਾ ਗਜਾਰੀ, ਮੈਨੂੰ ਕਮੀਨਾ ਯਾਰ ਕਹਿ ਕੇ ਮੇਰੇ ਗੋਲੀ ਮਾਰ ਦੀ ਬੇਸ਼ੱਕ। ਹੁਣ ਲੈ ਗੱਲਾਂ ਬਹੁਤੀਆਂ ਨਹੀਂ ਕਰਦੇ ਬਾਬਾ। ਦੋਨੇ ਮਿੱਤਰ ਪੱਗਾਂ ਵਟਾ ਕੇ ਕਲਗੀਧਰ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਨੂੰ ਰੱਖ ਕੇ ਸਾਕਸ਼ੀ ਹਾਜ਼ਰ ਨਾਜ਼ਰ ਮੰਨ ਕੇ, ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਨਾਜ਼ਰ ਮੰਨ ਕੇ, ਲਓ ਜੀ ਸੁੱਚਾ ਅਤੇ ਕੁੱਕਰ ਹੁਣ ਪੱਗਾਂ ਵਟਾਉਂਦੇ ਨੇ, ਆਪਦੀ ਇੱਕ ਦੂਜੇ ਦੀ ਪੱਗ ਇੱਕ ਦੂਜੇ ਦੇ ਸਿਰ 'ਤੇ ਧਰ ਕੇ ਕਸਮਾਂ ਖਾਂਦੇ ਨੇ। ਕਹਿੰਦਾ ਤੇਰੀ ਪੱਗ ਨੂੰ ਮੈਂ ਦਾਗ ਨਹੀਂ ਲੱਗਣ ਦਾ। ਦੱਸ ਬਾਬਾ ਕੀ ਕਹਿੰਦੇ ਨੇ ਇੱਕ ਦੂਜੇ ਨੂੰ? ਹੋ ਵੀਰੇ ਦੇ ਪੰਗ ਪਿਆਰਾ ਲੱਗੇ ਤੂੰ ਕੁੱਕਰ ਯਾਰਾ,
ਥਾਕੇ ਸੋਂ ਕਲਗੀ ਡਰਦੀ ਕਰਦਾ ਮੈਂ ਬਾਦਾ ਯਾਰਾ ਮਰਨੀ ਮਰ ਜਾਵਾਂਗਾ ਧੇੜੀ ਮੈਂ ਚਿੱਟੀ ਪੱਗ ਤੇ ਧੱਬਾ ਨੀ ਲਾਵਾਂਗਾ ਧੇੜੀ ਮੈਂ ਚਿੱਟੀ ਪੱਗ ਤੇ ਮੈਨੂੰ ਵੀ ਸੁੱਚਿਆ ਯਾਰਾ ਲੱਗਦੇ ਤੂੰ ਜਾਨੋਂ ਪਿਆਰਾ ਥਾਕੇ ਸੋਂ ਕਲਗੀ ਧਰਦੀ ਹੁਣ ਕਰਦਾ ਮੈਂ ਬਾਦਾ ਯਾਰਾ ਮਰਨੀ ਮਰ ਜਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਧੱਬਾ ਨਾ ਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਹੋ ਜੇਕਰ ਮੈਂ ਨਿਕਲਾ ਝੂਠਾ ਭੰਨ ਕੇ ਨਾ ਸਾਰੀ ਬੂਥਾ ਦੁਨੀਆ ਤੋਂ ਪਾਰ ਪਲਾ ਦੀ ਕੰਡੀ ਤੇ ਧਰ ਕੇ ਗੂਠਾ ਭਾਵੇਂ ਗੁਰ ਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਧੱਬਾ ਨੀ ਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਤੇਰੇ ਤੇ ਰੱਬ ਸਬੱਬੀ ਜੇ ਬਿਪਤਾ ਦੀ ਬਦਲੀ ਗੱਜੀ ਹੋ ਤੇਰੇ ਤੇ ਰੱਬ ਸਬੱਬੀ ਹੋ ਬਿਪਤਾ ਦੀ ਬਦਲੀ ਗੱਜੀ ਉਦੋਂ ਤੂੰ ਪਰਖੀ ਮੈਨੂੰ ਤੇਰੀ ਬਾਂਹ ਬਣ ਕੇ ਸੱਜੀ ਹੋ ਮੈਂ ਤਾਂ ਖੜ ਜਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਧੱਬਾ ਨਾ ਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਹੋ ਸੁਣ ਲੈ ਤੂੰ ਵਹਿ ਕੇ ਬਾਈ ਇੱਕੋ ਰੱਟ ਦਿਲ ਨੇ ਲਾਈ ਮਿੱਤਰਤਾ ਗੱਲ ਦੂਰ ਦੀ ਤੇਰਾ ਮੈਂ ਬਣ ਕੇ ਪਾਈ ਅੱਜ ਤੋਂ ਦਿਖਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਧੱਬਾ ਨੀ ਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਛਾਤੀ ਵਿੱਚ ਗੋਲੀ ਮਾਰੀ ਹੋ ਤਰਲੇ ਵੀ ਪਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਧੱਬਾ ਨੀ ਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਹੋ ਸ਼ਮਲੇ ਫਿਰ ਹੱਥ ਮਲਾਉਂਦੇ ਹੋ ਸ਼ਮਲੇ ਫਿਰ ਹੱਥ ਮਲਾਉਂਦੇ ਯਾਰੀ ਦਾ ਬੂਟਾ ਲਾਉਂਦੇ ਧੋਖੇ ਦੇ ਹੜੋਂ ਬਚਾ ਕੇ ਜੇਕਰ ਨੇ ਬਿਰਸ਼ ਬਣਾਉਂਦੇ ਸਦਕੇ ਮੈਂ ਜਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਧੱਬਾ ਨੀ ਲਾਵਾਂਗਾ ਤੇਰੀ ਮੈਂ ਚਿੱਟੀ ਪੱਗ ਤੇ ਲੈ ਦੋਨਾਂ ਜਣਿਆਂ ਨੇ ਵਟਾ ਕੇ ਪੱਗਾਂ ਯਾਰ ਤੋਂ ਪੱਗ ਵੱਟ ਭਰਾ ਬਣ ਗਏ ਉਵੇਂ ਜਿਵੇਂ ਘੁਲਿਆ ਕਰਨ ਜ਼ਿੰਦਗੀ ਚੱਲਦੀ ਗਈ ਸਮਾਂ ਲੰਘਦਾ ਗਿਆ ਅਤੇ ਜਿਹੜੀ ਸੁੱਚਾ ਸਿੰਘ ਸੂਰਮੇ ਉਹਦਾ ਪਿਓ ਤਾਂ ਪਹਿਲੀ ਪਰਮਾਤਮਾ ਨੂੰ ਨਿਆਣੇ ਹੁੰਦੇ ਦਾ ਚੜ੍ਹਾਈ ਕਰ ਗਿਆ ਸੀ ਅਤੇ ਸੁੱਚੇ ਅਤੇ ਨਰੈਣੇ ਦੀ ਮਾਤਾ ਵੀ ਰੱਬ ਨੂੰ ਪਿਆਰੀ ਹੋ ਗਈ ਸਮਾਂ ਆਪਣੀ ਚੱਲ ਚੱਲਦਾ ਗਿਆ ਅਤੇ ਰੋਟੀ ਪਾਣੀ ਦਾ ਮੁਸ਼ਕਿਲ ਹੋ ਗਿਆ ਜਦੋਂ ਜਿਹੜੇ ਘਰ ਦੇ ਵਿੱਚ ਨਾ ਔਰਤ ਨਾ ਹੋਵੇ ਜਿਹੜੇ ਘਰ ਦੇ ਵਿੱਚ ਔਰਤ ਨਾ ਹੋਵੇ ਉਹਨਾਂ ਘਰਾਂ ਦੇ ਹਾਲ ਦੇ ਉੱਤੇ ਜਦੋਂ ਰੋਟੀ ਪਾਣੀ ਦਾ ਮੁਸ਼ਕਿਲ ਹੋ ਗਿਆ ਵੈਸੇ ਤਾਂ ਜਿਹੜੀ ਇਤਿਹਾਸ ਦੀ ਗੰਢ ਹੈ ਉਹ ਕੁਛ ਹੋਰ ਕਹਿੰਦੀ ਹੈ ਜਦੋਂ ਅਸੀਂ ਘੋਖ ਕਰੀਏ ਦੀ ਗੱਲ ਨਹੀਂ ਵੀ ਜਿਹੜੀ ਬੀਰੋ ਸੀ ਇਹ ਵੀ ਇਹਦਾ ਪਿੰਡ ਸੀਗਾ ਰੋੜੀ ਜਿਹੜੀ ਨਰੈਣੇ ਦੇ ਘਰੇ ਵਿਆਹ ਕੇ ਲਿਆਂਦੀ ਹੈ ਅਸੀਂ ਉੱਥੇ ਉਹਦੇ ਨੇੜੇ ਪ੍ਰੋਗਰਾਮ ਵੀ ਲੱਗ ਗਏ ਜਿਹੜੇ ਬਜ਼ੁਰਗ ਦੱਸਦੇ ਨੇ ਪਰ ਆਪਾਂ ਨੂੰ ਤੁਹਾਡੇ ਸਾਹਮਣੇ ਮੈਂ ਉਹ ਤੱਥ ਪੇਸ਼ ਕਰੂੰਗਾ ਜਿਹੜੇ ਸਾਨੂੰ ਲਿਖਤਾਂ 'ਚੋਂ ਮਿਲਦੇ ਨੇ ਜਿਹੜੇ ਲਿਖਤਾਂ ਦੇ ਵਿੱਚ ਮਿਲਦੇ ਨੇ ਕਿਉਂਕਿ ਨਹੀਂ ਫਿਰ ਇਹ ਅੱਜ ਕੱਲ੍ਹ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਭਰਾਵੋ ਅਤੇ ਜਦੇ ਫਿਰ ਟਿੱਕਾ ਟਿੱਪਣੀ ਕਰਨ ਵਾਲੇ ਵੀ ਜਦੇ ਕਹਿੰਦੇ ਨੇ ਵੀ ਆਹ ਗਲਤ ਕਹਿਤਾ ਅਸੀਂ ਸੁੱਚਾ ਸਿੰਘ ਸੂਰਮੇ ਦੇ ਪਿੰਡ ਵੀ ਗਾ ਕੇ ਆਏ ਹਾਂ ਸੁੱਚਾ ਸਿੰਘ ਸੂਰਮੇ ਦੇ ਪਿੰਡ ਵੀ ਗਾ ਕੇ ਆਏ ਹਾਂ
ਉਹਦੀ ਸਮਾਧ ਹੈ ਸੁੱਚਾ ਸਿੰਘ ਸੂਰਮੇ ਦੀ, ਬਾਬਾ ਕਹਿੰਦੇ ਨੇ। ਕਿਉਂਕਿ ਸੁੱਚਾ ਸਿੰਘ ਸੂਰਮੇ ਨੇ ਹੋਰ ਬਾਅਦ ਦੇ ਵਿੱਚ ਮੈਂ ਤੁਹਾਨੂੰ ਕਹਾਂ ਜਾ ਕੇ ਜ਼ਿਕਰ ਕਰੂੰ ਕੀ ਕੰਮ ਕਰੇ। ਜਦੋਂ ਬਾਈ ਰੋਟੀ ਪਾਣੀ ਦਾ ਔਖਾ ਹੋ ਗਿਆ ਨਾ, ਇਹਨਾਂ ਨੇ ਸੋਚਿਆ ਇਕੱਠੇ ਹੋ ਕੇ, ਇਹ ਕਹਿੰਦੇ ਯਾਰ ਆਪਾਂ ਤਾਂ ਹੈਗੇ ਬਾਹਰ ਅੰਦਰ ਫਿਰਨ ਤੁਰਨ ਵਾਲੇ ਬੰਦੇ, ਸ਼ੌਕੀਨ ਬੰਦੇ ਆ ਆਪਾਂ, ਆਪਣਾ ਤਾਂ ਹੋ ਜੂ ਔਖਾ, ਆਪਾਂ ਐਂ ਕਰਦੇ ਹਾਂ ਆਪਾਂ ਨਰੈਣੇ ਨੂੰ ਵਿਆਹ ਲੈਂਦੇ ਹਾਂ, ਨਾਲੇ ਆਪਣਾ ਰੋਟੀ ਪਾਣੀ ਦਾ ਠੀਕ ਆ ਜੂ, ਨਾਲੇ ਘਰ ਬਾਰਦਿਆਂ 'ਚ ਹੋ ਜੂ। ਇਹਨਾਂ ਨੇ ਜੀ ਜਿਹੜਾ ਵੱਡਾ ਭਰਾ ਸੀਗਾ ਨਰੈਣਾ ਉਹ ਰੋੜੀ ਵਿਆਹ ਲਿਆ, ਜਿਹੜਾ ਉੱਥੋਂ ਪਤਾ ਲੱਗਿਆ ਬਾਬੇ ਕਹਿੰਦੇ ਉਹ ਜਿਹੜੀ ਵੀਰੋ ਸੀਗੀ ਉਹ ਪਹਿਲਾਂ ਵੀ ਕਿਤੇ ਵਿਆਹੀ ਹੋਈ ਸੀਗੀ, ਸੁੱਚੇ ਦੇ ਨਾਨਕੀ ਪਹਿਲਾਂ ਉਹ ਵਿਆਹੀ ਹੋਈ ਸੀਗੀ ਜਿਹੜੀ ਵੀਰੋ ਸੀ। ਅਤੇ ਉਹ ਜੇ ਉਹ ਦੇਖੀਏ ਕਰੈਕਟਰ ਪੱਖੋਂ ਪਹਿਲਾਂ ਤੋਂ ਮਾੜਾ ਸੀ ਉਹਦਾ। ਸੁੱਚਾ ਸਿੰਘ ਸੂਰਮਾ ਅਤੇ ਕੁੱਕਰ ਦੋਨੇ ਪੱਗ ਪੱਟ ਭਰਾ ਸੀਗੇ, ਬਿਲਕੁਲ ਇੱਕ ਦੂਜੇ ਨੂੰ ਦਿਲੋਂ ਚਾਹੁੰਦੇ ਸੀਗੇ, ਕੋਈ ਮਨਾਂ ਦੇ ਵਿੱਚ ਫਰਕ ਨਹੀਂ ਸੀਗਾ। ਜਿੱਥੇ ਜਿਹੜੀ ਗਦਾਰੀ ਵਾਲੀ ਗੱਲ ਹੋਊਗੀ, ਜਿਹੜੀਆਂ ਇਹ ਘਾਟਾਂ ਪੈਣਗੀਆਂ ਤੁਹਾਨੂੰ ਗਾਹਾਂ ਗਾਹਾਂ ਮੈਂ ਦੱਸਦਾ ਜਾਂਦਾ। ਸੁੱਚਾ ਸਿੰਘ ਸੂਰਮੇ ਅਤੇ ਕੁੱਕਰ ਨੇ ਨਰੈਣਾ ਵਿਆਹ ਲਿਆਂਦਾ, ਰੋੜੀ ਵਿਆਹ ਵੀ ਲਿਆਂਦਾ ਤੁਹਾਨੂੰ ਦੱਸਿਆ। ਜਿਹੜੀ ਕਹਿੰਦੇ ਨਾ ਜਿਹੜੀ ਉਹ ਸੀਗੀ ਵੀਰੋ, ਨਾਂ ਉਹਦਾ ਬਲਵੀਰ ਕੌਰ ਵੀਰੋ, ਉਹ ਜੇ ਤਾਂ ਬਾਬੇ ਅੱਜ ਕੱਲ੍ਹ ਕਹਿ ਦਈਏ ਐਕਟਰ ਨਹੀਂ ਆ ਮਸ਼ਹੂਰ, ਕਹਿੰਦੇ ਦੀਪਿਕਾ ਪਾਦੂਕੋਣ ਜਾਂ ਕਟਰੀਨਾ ਕੈਫ ਕਹਿ ਲਈਏ, ਜੇ ਤੁਹਾਡੇ ਵਾਲੇ ਵੇਲੇ ਦੀ ਗੱਲ ਕਰਾਂ ਜਿਵੇਂ ਹੇਮਾ ਮਾਲਿਨੀ ਸੀ, ਹੇਮਾ ਮਾਲਿਨੀ ਡਰਾਈਵਰ ਭਰਾ ਸਾਡੇ ਕਹਿੰਦੇ ਹੇਮਾ ਮਾਲਿਨੀ ਦੀ ਫੋਟੋ ਸ਼ੀਸ਼ੇ ਨਾਲ ਲਾਈ ਦੀ, ਜਿਵੇਂ ਕਹਿੰਦੇ ਟਰੱਕਾਂ 'ਚ ਲਾ ਕੇ ਰੱਖਦੇ ਸੀ, ਇੰਨੀ ਸੋਹਣੀ ਸੀ ਵੀਰੋ। ਅਤੇ ਤੁਹਾਨੂੰ ਦੱਸਿਆ ਜਿਹੜਾ ਘੁੰਡ ਘੰਡ ਵਾਲਾ ਕੰਮ ਹੈ ਇਹ ਉਦੋਂ ਹੀ ਚੱਕਿਆ ਹੋਇਆ ਸੀ ਇਹਦਾ, ਵੀ ਆਪਾਂ ਘੁੰਡ ਘੰਡ ਨਹੀਂ ਕੱਢਣਾ, ਚੱਕੇ ਚੁਕਾਈ ਆਈ ਤੂੰ ਤਾਂ ਘੁੰਡ, ਬਿਨਾਂ ਘੁੰਡ ਤੋਂ ਹੀ ਆਈ ਸੀ ਐਵੇਂ ਜਿਵੇਂ ਵਿਆਹ ਲਿਆਂਦੀ ਜੀ। ਵਿਆਹ ਲਿਆਂਦੀਆਂ ਜਦੋਂ ਵਿਆਹ ਕੇ ਆਉਂਦੀ ਹੈ ਘਰੇ ਪਹੂ, ਫਿਰ ਪਿੰਡ ਦੀਆਂ ਮਾਈਆਂ ਜਾਂਦੀਆਂ ਨੇ, ਉਹ ਗੱਲ ਤਾਂ ਇਹ ਹੁੰਦੀ ਹੈ ਵੀ ਸ਼ਗਨ ਦੇ ਕੇ ਆਉਣਾ, ਉਹ ਇਕੱਲਾ ਸ਼ਗਨ ਦੇਣ ਨਹੀਂ ਜਾਂਦੀਆਂ, ਇਕੱਲਾ ਉਹ ਚੈੱਕ ਕਰਕੇ ਆਉਂਦੀਆਂ ਨੇ ਨਾਲ, ਉਹ ਦੇਖ ਜਿਹੜੀਆਂ ਤੇਜ਼ ਮਾਈਆਂ ਜਿਵੇਂ ਆਪਾਂ ਕਹਿੰਦੇ ਨਾ ਬੰਦਾ ਯਾਰ ਫਲਾਣਾ ਬੰਦਾ ਹੈ, ਲੈ ਅੱਖਾਂ ਪੜ੍ਹ ਕੇ ਦੱਸ ਦਿੰਦਾ ਬੰਦੇ ਦੇ ਚਾਲ ਚੱਲਣ ਵੀ ਕਿਹਾ ਜਾਏ, ਬਹੁਤੇ ਮੂੰਹ ਦੇਖ ਕੇ ਦੱਸ ਦਿੰਦੇ ਨੇ ਬੰਦਾ ਕਿਹਾ ਜਾਏ। ਹੁਣ ਜਿਹੜੀਆਂ ਮਾਈਆਂ ਹੁੰਦੀਆਂ ਨੇ, ਜਿਹੜੀਆਂ ਤੇਜ਼ ਮਾਈਆਂ ਹੁੰਦੀਆਂ ਨੇ, ਜਿਹਨਾਂ ਤਜਰਬਾ ਹੁੰਦਾ ਜ਼ਿੰਦਗੀ ਦਾ ਐਂ ਕਹਿ ਲਈਏ, ਉਹ ਲੱਖਣ ਲਾ ਲੈਂਦੀਆਂ ਨੇ ਦੇਖ ਕੇ ਪਹਿਲੇ ਦਿਨ ਆਈ ਨੂੰ ਦੇਖ ਕੇ, ਗਈਆਂ ਮਾਈਆਂ ਵਾਗੀਆਂ ਪਿੰਡ 'ਚੋਂ, ਇਹਨਾਂ ਦੇ ਸੋਚੇ ਉਹਨਾਂ ਦੇ ਘਰੇ ਨਰੈਣੇ ਦੀ ਬਹੂ ਦੇਖਣ, ਵੀਰੋ ਨੂੰ ਦੇਖਣ। ਜਦੋਂ ਜਾ ਕੇ ਦੇਖੀ ਵੀਰੋ, ਮਾਈਆਂ ਨੇ ਦੇਖਿਆ ਵੀ ਆਹਾ ਹਾ ਸੋਹਣੀ ਸੁਨੱਖੀ ਤਾਂ ਬਹੁਤ ਹੈ ਭਾਈ। ਜਦੋਂ ਵੀਰੋ ਐ ਪੈਰੀ ਹੱਥ ਲਾ ਕੇ ਸਤਿ ਸ਼੍ਰੀ ਅਕਾਲ ਬੁਲਾ ਕੇ ਮਾਈ ਕੇ ਨੂੰ ਝਾਕਿਆ ਕਰਿਆ ਹੈ, ਵੀਰੋ ਦੀ ਅੱਖ ਦੇਖੀ ਮਾਈਆਂ ਨੇ ਵੀ ਆਹਾ ਤੇਜ਼, ਬਹੁਤ ਤੇਜ਼ ਹੈ ਤਾਂ, ਇਹ ਤਾਂ ਇਹਨਾਂ ਦੇ ਪਰਿਵਾਰ ਦੀਆਂ ਪੱਤਰੀਆਂ ਖੋਲ ਦੂ। ਹੁਣ ਮਾਈਆਂ ਕਹਿੰਦੀਆਂ ਮੁੜਦੀਆਂ ਹੁੰਦੀਆਂ ਨੇ, ਟੇਵਾ ਲਾਉਂਦੀਆਂ ਨੇ, ਆਪਾਂ ਕਹਿੰਦੇ ਨੇ ਭਵਿੱਖਬਾਣੀ ਕਰਦੇ ਆ, ਟੇਵਾ ਲਾਉਂਦੀਆਂ ਨੇ, ਸ਼ਾਗਨ ਦੇ ਕੇ ਤੁਰੀਆਂ ਆਉਂਦੀਆਂ, ਬੁੜੀਆਂ ਬੀਹੀ 'ਚ ਆਉਂਦੀਆਂ, ਗੱਲਾਂ ਕਰਦੀਆਂ ਨੇ ਇੱਕ ਦੂਜੀ ਨਾਲ, ਕਹਿੰਦੀ ਪ੍ਰਸੰਨ ਕੋਰੇ ਤੈਨੂੰ ਕਿਵੇਂ ਲੱਗਿਆ, ਉਹ ਕਹਿੰਦੀ ਮੈਨੂੰ ਵੀ ਉਵੇਂ ਜਿਵੇਂ ਲੱਗਿਆ ਜਿਵੇਂ ਤੈਨੂੰ ਲੱਗਿਆ, ਕਹਿੰਦੀ ਕੀ, ਕਹਿੰਦੀ ਨਰੈਣੇ ਦੀ ਤਾਂ ਨਹੀਂ ਵੱਸਦੀ ਇਹ, ਕਹਿੰਦੀ ਕਿਵੇਂ, ਕਹਿੰਦੀ ਅੱਖ ਨਹੀਂ ਦੇਖੀ ਪਦਮ ਨਾਲ, ਜਿਵੇਂ ਪਦਮ ਸੱਪ ਦੀ ਪੂਤਲੀ ਘੁੰਮਦੀ ਹੈ ਐਂ ਘੁੰਮਦੀ ਤੀ ਅੱਖ, ਅੱਖ ਦੇ ਇਸ਼ਾਰੇ ਨਾਲ ਗੱਲ ਮਿਲਦੀ ਹੈ ਵੀ ਵਜਨ ਕਿੰਨਾ ਕੁ ਹੈ, ਇਹਦਾ ਬਾਹਲੀ ਚੁਸਤ ਚਲਾ ਕੇ ਲੱਗੀ ਮੈਨੂੰ। ਨਰੈਣਾ ਸਿੱਧਾ ਸਾਦਾ ਅਨਘੜ ਜਾਤੂ ਕਹਿ ਲਈਏ, ਹਲ ਬਾਹੂ ਜੱਟ, ਭੈਣੇ ਮੇਲ ਤਾਂ ਵੀ ਹੈ ਨਹੀਂ। ਹੁਣ ਬੁੜੀਆਂ ਬਾਬਾ ਕੀ ਕਹਿੰਦੀਆਂ ਨੇ, ਘਰ ਨੂੰ ਤੁਰੀਆਂ ਜਾਂਦੀਆਂ, ਟੇਵੇ ਲਾਉਂਦੀਆਂ ਨੇ, ਕਹਿੰਦੀ ਕਾਹਨੂੰ ਪੁੱਛਦੀ ਹੈ ਭੈਣੇ, ਉਹ ਤਾਂ ਵਿਚਾਰਾ ਦੇਸੀ ਬੰਦਾ ਸਿੱਧਾ ਸਾਦਾ ਜੱਟ,
ਤੇ ਬਹੂ ਮਿਲ ਗਈ ਕਬੂਤਰੀ ਵਰਗੀ, ਲੈ ਰੱਬ ਖੈਰੇ ਕਰੇ। ਦੱਸ ਬਾਬਾ ਕੀ ਲਿਖਿਆ ਸ਼ਮਲਾ ਸਾਹਿਬ ਦਾ। ਹੋ ਡੋਲੀ ਵਿੱਚੋਂ ਅੰਤਰੀ ਆਕਾਸ਼ ਦੀ ਪਰੀ, ਪਿੰਡ ਦੀਆਂ ਨਾਰਾ ਜਾਣ ਸਿਫਤਾਂ ਕਰੀ, ਪਿੰਡ ਦੀਆਂ ਨਾਰਾ ਜਾਣ ਸਿਫਤਾਂ ਕਰੀ। ਜਾਗੀ ਤਕਦੀਰ ਟੁੱਟ ਪੈਣੇ ਦੀ ਕਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ। ਸੂਹੀ ਫੁਲਕਾਰੀ ਵਿੱਚ ਚੰਨ ਚਮਕੇ, ਉਹਦੇ ਚੰਨ ਚਮਕੇ, ਕੋਹਨੂਰ ਹੀਰੇ ਵਾਂਗੂ ਮੁੱਖ ਦਮਕੇ, ਕੋਹਨੂਰ ਹੀਰੇ ਵਾਂਗੂ ਮੁੱਖ ਦਮਕੇ। ਕਰਕੇ ਦੇਦਾਰ ਭੁੱਖ ਜਾਂਦੀ ਹੈ ਲਹੀ, ਭੁੱਖ ਜਾਂਦੀ ਹੈ ਲਹੀ, ਵੋਟੀ ਤਾਂ ਨਰੈਣ ਦੀ ਅਪਰੀਆਂ ਜਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ। ਪਤਲੇ ਜੇ ਬੁੱਲ ਦੇਖਾ ਜੀ ਹਨਖ ਜੋ, ਪਤਲੇ ਜੇ ਬੁੱਲ ਦੇਖਾ ਜੀ ਹਨਖ ਦੀ, ਅੱਡੀ ਅੱਡੀ ਮੋਟੀ ਉਹਦੀ ਬਿੱਲੀ ਅੱਖ ਨੀ, ਅੱਡੀ ਅੱਡੀ ਮੋਟੀ ਉਹਦੀ ਬਿੱਲੀ ਅੱਖ ਨੀ। ਘੁੰਡ ਚ ਮਸਾਲ ਵਾਂਗੂ ਮੱਚ ਸੀ ਰਹੀ, ਹਾਏ ਨੀ ਮੱਚ ਸੀ ਰਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ, ਵੋਟੀ ਤਾਂ ਨਰੈਣ ਦੀ ਅਪਰੀਆਂ ਜਹੀ। ਬੁੱਲੀਆਂ ਸੁਰਖ ਚਿੱਟੇ ਦੰਦ ਨਾਰ ਦੇ, ਚਿੱਟੇ ਦੰਦ ਨਾਰ ਦੇ, ਚਿਣੇ ਹੋਏ ਏਦਾਂ ਜਿਵੇਂ ਮੋਤੀ ਹਾਰ ਦੇ, ਚਿਣੇ ਹੋਏ ਏਦਾਂ ਜਿਵੇਂ ਮੋਤੀ ਹਾਰ ਦੇ। ਉਸ ਵੇਲੇ ਤੱਕੇ ਉਹ ਸੀ ਹੱਸਣ ਡਹੀ, ਉਹ ਸੀ ਹੱਸਣ ਡਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ। ਇਹੋ ਜਿਹਾ ਬਦਨ ਹੁੰਦਾ ਗੋਰੇ ਰੰਗ ਦਾ, ਇਹੋ ਜਿਹਾ ਬਦਨ ਹੁੰਦਾ ਗੋਰੇ ਰੰਗ ਦਾ, ਹੁੰਦਾ ਗੋਰੇ ਰੰਗ ਦਾ, ਗਲ ਵਿੱਚੋਂ ਦਿਸੇ ਉਹਦੇ ਪਾਣੀ ਲੰਘਦਾ, ਗਲੇ ਵਿੱਚੋਂ ਦਿਸੇ ਉਹਦੇ ਪਾਣੀ ਲੰਘਦਾ। ਉਹਦੇ ਸੀਸੇ ਜਿਹੇ ਅੰਗ, ਸੀਸੇ ਜਿਹੇ ਅੰਗ, ਹਰ ਪੱਖ ਤੋਂ ਸਹੀ, ਹਰ ਪੱਖ ਤੋਂ ਸਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ। ਚੁਸਤੀ ਚਲਾ ਕੇ ਉਹ ਤਾਂ ਬਾਣੀ ਜਾਪਦੀ, ਅੱਖ ਦੇ ਇਸ਼ਾਰੇ ਨਾਲ ਗੱਲ ਨਾਪਦੀ, ਅੱਖ ਦੇ ਇਸ਼ਾਰੇ ਨਾਲ ਗੱਲ ਨਾਪਦੀ। ਕਹਾਣੀ ਉਹ ਸਕੂਲੇ ਕਿਹੜੇ ਪੜ੍ਹਦੀ ਰਹੀ, ਕਿਹੜੇ ਪੜ੍ਹਦੀ ਰਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ। ਸਾਊਆ ਨਰੈਣ ਸਿੱਧਾ ਸਾਦਾ ਜੱਟ ਜੋ, ਸਾਊਆ ਨਰੈਣ ਸਿੱਧਾ ਸਾਦਾ ਜੱਟ ਦੀ, ਚੱਕਰਾਂ ਚ ਪਾ ਦੂ ਉਹਦੀ ਬਿੱਲੀ ਅੱਖ ਨੀ, ਚੱਕਰਾਂ ਚ ਪਾ ਦੂ ਉਹਦੀ ਬਿੱਲੀ ਅੱਖ ਨੀ। ਤਾਂ ਪੜੀਆਂ ਤਾਂ ਪੀਣੀਆਂ ਤਾਂ, ਸੱਤ ਵਾਲੀ ਖੋਲ ਦੂ ਬਹੀ, ਹੈ ਨੀ ਖੋਲ ਦੂ ਬਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ। ਹੋ ਚੱਠਿਆ ਨਰੈਣ ਸੁਖੀ ਵੱਸਦਾ ਰਹੇ, ਸੁਖੀ ਵੱਸਦਾ ਰਹੇ, ਖੈਰ ਕਰ ਰੱਬ ਮੇਵਾ ਹੱਸਦਾ ਰਹੇ, ਖੈਰ ਕਰ ਰੱਬ ਮੇਵਾ ਹੱਸਦਾ ਰਹੇ। ਜੀ ਆਖੇ ਹਰਪਾਲ ਸੁੱਖ ਨਿਕਲੇ ਸਹੀ, ਉਹ ਸੁੱਖ ਨਿਕਲੇ ਸਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ, ਵੋਟੀ ਤਾਂ ਨਰੈਣ ਦੀ ਕਬੂਤਰੀ ਜਹੀ। ਜਦੋਂ ਹੁਣ ਮਾਈਆਂ ਨੇ ਲਾਤਾ ਟੇਵਾ, ਸੁੱਚਾ ਸਿੰਘ ਸੂਰਮਾ ਤੇ ਘੁੱਕਰ ਦੀ ਜੇ ਗੱਲ ਕਰੀਏ ਨਾ, ਦਿਲਾਂ ਦੇ ਵਿੱਚ ਬਾਬਾ ਕੋਈ ਮੈਲ ਨਹੀਂ ਹਲੇ ਤੱਕ, ਸੱਚੇ ਤੇ ਸੁੱਚੇ ਸੀਗੇ ਦੋਨੋਂ। ਪਰ ਜਦੋਂ ਦਾ ਨਰਾਇਣ ਸਿੰਘ ਦਾ ਵਿਆਹ ਹੋ ਗਿਆ, ਉਸ ਦਿਨ ਤੋਂ ਬਾਅਦ ਘੁੱਕਰ ਨੇ ਸੋਚਿਆ ਵੀ ਯਾਰ ਹੁਣ ਘਰੇ ਸਾਡੀ ਭਰਜਾਈ ਆ ਗਈ। ਤੇ ਜਿਹੜੇ ਬੰਦੇ ਸੀਗੇ ਨਾ ਪੁਰਾਣੇ ਬਜ਼ੁਰਗ, ਕਹਿੰਦੇ ਵੀ ਜਦੋਂ ਕੋਈ ਯਾਰ ਦੋਸਤ ਐ ਵਿਆਹ ਜਾਂਦਾ ਉਹਦੇ ਐ ਜਾਨ ਘਟਾ ਦਿੰਦੇ ਸੀਗੇ, ਵੀ ਕਿਉਂਕਿ ਸੰਗ ਸ਼ਰਮ ਬਹੁਤ ਸੀਗੀ ਲੋਕਾਂ ਦੇ ਵਿੱਚ।
ਤੇ ਕੁੱਕਰ ਨੇ ਜਾਣਾ ਛੱਡਤਾ ਸੁੱਚਾ ਸੁਖ ਦੇ ਘਰੇ। ਉਹ ਕਹਿੰਦਾ ਬਾਈ ਹੁਣ ਆਪਾਂ ਖੂਹ ਤੇ ਇਕੱਠੇ ਹੋ ਜਾ ਕਰਾਂਗੇ ਜੇ ਕਿਤੇ ਪੈਗ ਪੁੱਗ ਲਾਉਣਾ ਹੋਵੇ, ਜਾਂ ਮੇਲੇ ਮੂਲੇ 'ਤੇ ਚੱਲਿਆ ਕਰਾਂਗੇ, ਬਾਹਰੋਂ ਹੀ ਹੱਕ ਮਾਰ ਕੇ ਮੁੜ ਜਾ ਕਰੇ। ਜਾਣੀ ਮੈਂ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਹਾਲੇ ਤੱਕ ਕੁੱਕਰ ਨੇ ਵੀਰੋ ਨੂੰ ਦੇਖਿਆ ਨਹੀਂ ਸੀ ਵਿਆਹ ਤੋਂ ਬਾਅਦ, ਪਰ ਉੱਧਰੋਂ ਹੁਣ ਗੁੜੀਆਂ ਦਾ ਟੇਵਾ ਸੱਚਾ ਹੋਣਾ, ਗੁੜੀਆਂ ਦਾ ਟੇਵਾ ਸੱਚਾ ਹੋਣਾ, ਇਹਦਾ ਇਹਦੇ 'ਤੇ ਗਦਾਰੀ ਵਾਲਾ ਦਾਗ ਲੱਗਣਾ। ਕੁਦਰਤ ਨੇ ਮੇਲ ਕਿਵੇਂ ਮਿਲਾਇਆ ਤੁਹਾਨੂੰ ਦੱਸਿਆ ਸੀਗਾ ਵੀ ਵੀਰੋ ਸੀ ਜਿਹੜੀ ਘੁੰਡ ਤਾਂ ਉਹ ਕੱਢਦੀ ਨਹੀਂ ਸੀ, ਪਹਿਲਾਂ ਹੀ ਚੱਕੇ ਚਕਾਏ ਘੁੰਡ ਨਾਲੇ ਆਈ ਸੀਗੀ। ਇੱਕ ਦਿਨ ਮਾਈਆਂ ਮਾਈਆਂ ਨਾ ਪਹਿਲਾਂ ਬਾਬੇ ਹੁਣ ਤਾਂ ਸਾਧਨ ਹੋ ਗਏ ਸਾਡੇ ਬੋਰ ਲਾਏ, ਹਾਏ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਭਾਬੀ ਦੇ, ਹੋ ਕੱਲ ਭਾਗ ਦੀ ਜਦਗੀ ਕੁੱਕਰ ਮੱਲ ਕਮੀਨੇ ਨੂੰ ਘੁੱਟ ਕੇ ਜੱਫੀ ਪਾ ਲਈ ਉਹਨੇ ਯਾਰ ਨਗੀਨੇ ਨੂੰ, ਘੁੱਟ ਕੇ ਜੱਫੀ ਪਾ ਲਈ ਉਹਨੇ ਯਾਰ ਨਗੀਨੇ ਨੂੰ, ਕਹਿੰਦਾ ਅੱਜ ਤੇ ਫੁੱਲ ਚੜਾ ਤੇ ਉਮਤਰਾ ਪੀਤੀ ਖਾਦੀ ਦੇ, ਹਾਏ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਭਾਬੀ ਦੇ, ਹੋ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਭਾਬੀ ਦੇ, ਹੋ ਡੱਬ ਚੋ ਕੱਢ ਕੇ ਬੋਤਲ ਕਹਿੰਦਾ ਚੱਕੋ ਭਾਗ ਸਿਆ, ਕਹਿੰਦਾ ਚੱਕੋ ਭਾਗ ਸਿਆ, ਨਾ ਉਸ ਦਾ ਲੈ ਕੇ ਪੱਟੀ ਡੱਟੂਏ ਭਾਗ ਸਿਆ, ਨਾ ਵੀਰੋ ਦਾ ਲੈ ਕੇ ਪੱਟੀ ਡੱਟੂਏ ਭਾਗ ਸਿਆ, ਕਹਿੰਦਾ ਜਸ਼ਨ ਜ਼ਰੂਰ ਮਨਾਈਏ ਸੁੱਤੀ ਕਿਸਮਤ ਜਾਗੀ ਤੇ, ਹਾਏ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਭਾਬੀ ਦੇ, ਹੋ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਭਾਬੀ ਦੇ, ਹਾੜੇ ਉੱਪਰ ਹਾੜਾ ਯੋਧਾ ਸਿੱਧੀ ਜਾਂਦੇ ਨੇ, ਸ਼ਮਲੇ ਵਾਲਾ ਕਹਿੰਦਾ ਫਿਰਦੇ ਗੇੜੇ ਖਾਂਦੇ ਨੇ, ਉਹ ਸ਼ਮਲੇ ਵਾਲਾ ਕਹਿੰਦਾ ਫਿਰਦੇ ਗੇੜੇ ਖਾਂਦੇ ਨੇ, ਉਹ ਤਾਂ ਇੱਕ ਸੌਂਗਿਆ ਪੂੰਜੇ, ਹੋ ਇੱਕ ਸੌਂਗਿਆ ਪੂੰਜੇ, ਦੂਜਾ ਖੂਹ ਦੀ ਗਾਦੀ ਤੇ, ਦੂਜਾ ਖੂਹ ਦੀ ਗਾਦੀ ਤੇ, ਹੋ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਭਾਬੀ ਤੇ, ਹੋਏ ਕੁੱਕਰ ਮੱਲ ਦੀਵਾਨਾ ਹੋ ਗਿਆ ਵੀਰੋ ਭਾਬੀ ਤੇ। ਹੈਗੀ ਬਾਕੀ ਤੇਜ਼ ਸੀ ਉਹ, ਤੇ ਲਓ ਵੀ ਖੇਤ ਜਾ ਕੇ ਖੂਹ ਤੇ ਕੱਢ ਕੇ ਬੋਤਲ ਦੱਬ ਚੁੱਕ, ਕਹਿੰਦਾ ਪਹਿਲੇ ਤੋੜ ਦੀ ਕਹਿੰਦਾ ਚੱਕ ਹੋਏ ਨਜ਼ਾਰਾ ਲਿਆਤਾ, ਤੈ ਮੈਨੂੰ ਕੀ ਨਜ਼ਾਰਾ ਲਿਆਤਾ, ਸਕੀਮ ਦੱਸਦੀ, ਸਕੀਮ ਕੀ ਦੱਸੀ, ਸਕੀਮ ਇਹ ਸੀ ਪੁੱਛਿਆ ਉਹਨੇ, ਇਹ ਸੀ ਵੀ ਸੁੱਚਾ ਸਿੰਘ ਸੂਰਮਾ ਜਿਹੜਾ ਇਹ ਮੇਰੇ ਤੇ ਵੀਰੋ ਦੇ ਰਾਹ ਦਾ ਰੋੜਾ ਹੈ, ਇਹਨੂੰ ਕਿਵੇਂ ਹਟਾਵਾਂ। ਭਾਗ ਨੇ ਗੱਲ ਦੱਸਦੀ, ਕਹਿੰਦਾ ਇਹ ਤਾਂ ਕੰਮ ਥੋੜ੍ਹਾ ਜਿਹਾ, ਕਹਿੰਦਾ ਕਿਵੇਂ, ਕਹਿੰਦਾ ਸਰੀਰ ਤੁਹਾਡੇ ਪੂਰੇ ਵਧੀਆ ਨੇ, ਤੇਰੀ ਉਹ ਮੋੜਦਾ ਨਹੀਂ, ਤੇਰਾ ਮਿੱਤਰ ਹੈ ਤੇਰੀ ਮੋੜਦਾ ਨਹੀਂ, ਕਹਿੰਦਾ ਉਹਨੂੰ ਜਾ ਕੇ ਫਿਰੋਜ਼ਪੁਰ ਚੱਲਦੀ ਹੈ ਭਰਤੀ, ਫੌਜ ਦੀ ਭਰਤੀ ਚੱਲਦੀ ਹੈ ਫਿਰੋਜ਼ਪੁਰ, ਲੈ ਕੇ ਰੇਲ ਗੱਡੀ ਚੜ੍ਹ ਜਾ ਕੇ ਭਰਤੀ ਕਰਵਾਇਆ। ਉਹ ਕਹਿੰਦਾ ਐਂ ਕਿਵੇਂ, ਸਾਰਾ ਪ੍ਰੋਗਰਾਮ ਬਣਾ ਕੇ ਦੱਸਤਾ ਬਾਬਾ, ਕਹਿੰਦਾ ਐਂ ਨਾ ਕਹੀਂ ਵੀ ਇਕੱਲਾ ਤੂੰ ਭਰਤੀ ਹੋ ਜਾ, ਕੋਈ ਇਹੋ ਜਿਹਾ ਬਿੱਡ ਲਾ, ਕੋਈ ਇਹੋ ਜਿਹਾ ਲਾ, ਐਂ ਬਣਾ ਕੋਈ ਪ੍ਰੋਗਰਾਮ, ਐਂ ਕਿਹਾ ਵੀ ਆਪਾਂ ਦੋਨੇ ਭਰਤੀ ਹੋ ਜਾਈਏ। ਕਹਿੰਦਾ ਫਿਰ ਜੇ ਭਰਤੀ ਹੋ ਗਈ ਫਿਰ ਤਾਂ ਉੱਥੇ ਹੋ ਜਾਂਗੇ। ਉਹ ਕਹਿੰਦਾ ਕੰਜਰ ਦਿਆ ਲੈ ਜਾ ਨਾਲ, ਉੱਥੇ ਜਾ ਕੇ ਉਹਨੂੰ ਤਾਂ ਭਰਤੀ ਕਰਵਾ ਦੀ, ਆਪ ਕੋਈ ਬਹਾਨਾ ਇਹੋ ਜਿਹਾ ਮਾਰੀ ਜਿਹਦੇ ਨਾਲ ਤੂੰ ਭਰਤੀ ਨਾ ਹੋਵੇਂ, ਤੂੰ ਪਿੰਡ ਮੁੜਿਆਈ ਉਹ ਫੌਜ 'ਚ ਵਗ ਜੂ, ਬਸ ਫਿਰ ਮੌਜਾਂ ਲੁੱਟੀ। ਗੱਲ ਜੱਚ ਗਈ ਬਾਬਾ ਉਹਨੂੰ ਕੁੱਕਰ ਨੂੰ, ਗੱਲ ਜੱਚ ਗਈ। ਜਦੋਂ ਗੱਲ ਜੱਚ ਗਈ ਕਹਿੰਦਾ ਚੱਕ ਬੋਤਲ, ਘੁੱਟ ਕੇ ਜੱਫੀ ਪਾ ਲਈ, ਕਹਿੰਦਾ ਨਜ਼ਾਰਾ ਲਿਆਤਾ ਸਾਰੀ ਪੀਤੀ ਖਾਧੀ ਦਾ ਮੁੱਲ ਮੋੜਤਾ ਅੱਜ ਤਾਂ ਓਏ। ਲੈ ਬਾਬਾ ਅਗਲਾ ਦਿਨ ਚੜ੍ਹ ਗਿਆ ਕੁੱਕਰ, ਹੁਣ ਬਿੱਡ ਲਾਉਂਦਾ ਇੱਕ, ਬਿੱਡ ਕੀ ਲਾਉਂਦਾ ਸੁੱਚਾ ਸੋ ਸੂਰਮੇ ਨੂੰ,
ਸੁੱਚਾ ਸਿੰਘ ਸੂਰਮੇ ਨੂੰ ਫੌਜ 'ਚ ਭਰਤੀ ਕਰਵਾਉਣ ਦਾ ਵੀ ਬਾਅਦ ਦੇ ਵਿੱਚ ਆਪਾਂ ਐਸ਼ਾਂ ਲੁੱਟਾਂਗੇ। ਬਚਿਓ ਬਚਿਓ, ਇਹ ਬਿੱਡ ਲਾਏ ਜਾਂਦੇ ਨੇ। ਬਿੱਡ ਬਿੱਡ ਕਿਵੇਂ ਲੱਗਦੇ ਨੇ? ਕਈ ਜਿਹੜੀ ਜਿਹੜੀ ਉਂਗਲ ਹੈ ਨਾ, ਐਂ ਉਂਗਲ ਲਾ ਕੇ ਸਰਪੰਚੀ 'ਚ ਵੀ ਖੜਾ ਕਰ ਦਿੰਦੇ ਨੇ, ਗਾਹਾਂ ਵੋਟਾਂ ਆ ਰਹੀਆਂ ਨੇ, ਬਚਿਓ। ਉਈ ਮੇਰੇ ਵਰਗਾ ਪਹਿਲੇ ਹੀ ਸਰਪੰਚ ਸਾਹਿਬ ਕਹਿਣ ਲੱਗ ਜਾਂਦਾ। ਪਤਾ ਪਤਾ ਉਦੋਂ ਲੱਗਦਾ ਵੀ ਜਿਹੜਾ ਸਰਪੰਚ ਹੈ ਵਿਚਾਰਾ, ਰੁਪਈਆ 30-35 ਲੱਖ ਲੱਗ ਗਿਆ, ਵੋਟਾਂ 70-80 ਨਿਕਲੀਆਂ ਨੇ। ਇਹ ਜਿਹੜੀ ਜਿਹੜੀ ਛੋਟੀ ਜਿਹੀ ਪਲੇਟ ਹੁੰਦੀ ਹੈ ਨਾ ਸਰਪੰਚੀ ਵਾਲੀ, ਕਈ ਵਾਰੀ ਬਹੁਤ ਪੈਸੇ ਪਰ ਇਹ ਸਰਪੰਚ ਹੈ ਜਿਹੜਾ ਚੁਣਨਾ, ਇਮਾਨਦਾਰ ਚੁਣੋ, ਵਧੀਆ ਚੁਣੋ, ਪਰ ਦਾਰੂ ਪਿੱਛੇ ਵੇਖ ਕੇ, ਪੈਸਿਆਂ ਪਿੱਛੇ ਵੇਖ ਕੇ ਐਂ ਵੀ ਨਹੀਂ ਵੋਟ ਪਾਈ ਨਹੀਂ ਹੁੰਦੀ। ਇਹ ਸਾਡੀ ਮੱਤ ਹੈ, ਇਹਨੂੰ ਮਤਦਾਨ ਤਾਂ ਕਹਿੰਦੇ ਹਾਂ। ਆਪਾਂ ਆਪਣੀ ਮੱਤ ਦਾ ਬੰਦਾ ਇਕੱਠੇ ਹੋ ਕੇ ਜਦੋਂ ਜ਼ਿਆਦਾ ਬੰਦਿਆਂ ਦੀ ਮੱਤ ਰਲ ਜੇ, ਉਹ ਬੰਦਾ ਚੁਣ ਦਿੰਦੇ ਨੇ। ਆਪਣੇ 'ਚੋਂ ਸਿਆਣਾ ਚੁਣਨਾ ਹੁੰਦਾ, ਵਧੀਆ ਬੰਦਾ ਚੁਣਿਓ, ਵੋਟਾਂ ਆਉਣਗੀਆਂ, ਅਤੇ ਜਿਹਨੂੰ ਮਰਜ਼ੀ ਚੁਣ ਲਿਓ। ਸਾਡਾ ਤਾਂ ਇਹ ਕੰਮ ਹੈ ਨਹੀਂ ਵੈਸੇ ਵੀ ਕਹਿਣਾ ਕਿਸੇ ਪਾਰਟੀ ਨੂੰ, ਅਸੀਂ ਸਰਬ ਸਾਂਝੇ ਭਰਾਵੋ। ਜਿਹਨੂੰ ਤੁਹਾਡਾ ਦਿਲ ਕਰਦਾ ਚੁਣ ਲਿਓ, ਵਧੀਆ ਚੁਣ ਲਿਓ, ਜਿਹੜਾ ਸਮਾਜ ਦਾ, ਆਪਣੇ ਪਿੰਡਾਂ ਦਾ, ਆਪਣੇ ਇਲਾਕੇ ਦਾ ਨਾਂ ਰੌਸ਼ਨ ਕਰੇ ਅਤੇ ਵਧੀਆ ਵਧੀਆ ਕੰਮ ਕਰੇ। ਐਂ ਲੈ ਵੀ ਮਿੱਤਰੋ, ਹੁਣ ਬਿੱਡ ਲਾਉਂਦਾ ਫਿਰ ਕੁੱਕਰ, ਕਹਿੰਦਾ ਭਰਤੀ ਕਰਾਇਆ ਫੌਜ 'ਚ। ਅਗਲਾ ਦਿਨ ਚੜ ਗਿਆ ਬਾਬਾ, ਕੁੱਕਰ ਪਾ ਗਿਆ ਸੁੱਚਾ ਸਿੰਘ ਸੂਰਮੇ ਲਵੇ, ਜਾ ਕੇ ਉਈ ਰੋਣ ਲੱਗ ਗਿਆ ਬਨੌਟੀਏ। ਕਹਿੰਦਾ ਕੀ ਹੋ ਗਿਆ? ਕਹਿੰਦਾ ਬਾ ਪੁੱਛਣਾ ਯਾਰ, ਬਾਹਲਾ ਬੁਰਾ ਹਾਲ ਹੈ, ਬਾਹਲਾ ਬੁਰਾ ਹਾਲ ਹੈ। ਸੁੱਚਾ ਸਿੰਘ ਸੂਰਮੇ ਲਵੇ ਕਹਿੰਦੇ ਉਦੋਂ 60-70 ਕਿੱਲੇ ਜ਼ਮੀਨ ਦੇ ਸੀਗੇ, ਪਰ ਕਿਸਾਨੀ ਦਾ ਹਾਲ ਹੈ ਜਿਹੜਾ, ਉਹ ਹੁਣ ਤਾਂ ਚਲੋ ਸਾਧਨ ਆ ਗਏ, ਪਰ ਉਹ ਤਾਂ ਸਾਡੇ ਹਲੇ ਵੀ ਧਰਨੇ 'ਤੇ ਬੈਠੇ ਨੇ ਵਿਚਾਰੇ। ਪਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ, ਅਤੇ ਸਾਡਾ ਕਿਸਾਨ ਸਦਾ ਖੁਸ਼ਹਾਲ ਰਹੇ, ਅਰਦਾਸ ਬੇਨਤੀ ਵੀ ਕਰਦੇ ਹਾਂ। ਪਰ ਕਿਸਾਨੀ ਦਾ ਜਿਹੜਾ ਉਦੋਂ ਹਾਲ ਸੀਗਾ ਜਿਹੜਾ, ਉਹ ਬਾਹਲਾ ਮਾੜਾ ਸੀਗਾ। ਉਦੋਂ ਕਿੱਲੇ ਜੇ ਆਪਾਂ ਕਹਿ ਲਈਏ ਵੀ ਜ਼ਿਆਦਾ ਘੱਟ, ਇਹ ਕੋਈ ਵੱਡੀ ਗੱਲ ਨਹੀਂ ਸੀ, ਕਿਉਂਕਿ ਰੌਣੀਆਂ ਨਹੀਂ ਕੀਤੀ ਜਾਂਦੀ ਸੀ, ਰਮਾਏ ਨਹੀਂ ਸੀ ਜਾਂਦੇ, ਅਤੇ ਸਾਧਨ ਘੱਟ ਹੋਣ ਕਰਕੇ ਪਈ ਸੀ ਬੰਜਰੇ। ਤੂੰ ਤਾਂ 60-70 ਕਹਿੰਦੇ ਨੇ, ਪਰ ਪਿੰਡ ਵਾਲੇ ਐਂ ਕਹਿੰਦੇ ਸੀ ਵੀ 80 ਤੋਂ ਵੀ ਵੱਧ ਸੀ ਜ਼ਮੀਨ, ਤਾਂ ਲਵੇ 80 ਕਿੱਲਿਆਂ ਤੋਂ ਵੀ ਵੱਧ ਸੀਗੀ ਦੋਨਾਂ ਭਰਾਵਾਂ ਕੋਲ। ਅਤੇ ਜਾ ਕੇ ਲੱਗ ਗਿਆ ਰੋਣ ਕੁੱਕਰ, ਕਹਿੰਦਾ ਭਰਾਵਾ ਜ਼ਮੀਨ ਜਿੰਨੀ ਮਰਜ਼ੀ ਹੈ, ਤੇਰੇ ਲਵੇ ਬਥੇਰੀ ਹੈ, ਮੇਰੇ ਲਵੇ ਬਥੇਰੀ ਹੈ, ਪਰ ਹੈ ਆਪਣਾ ਬੁਰਾ ਹਾਲ ਏ। ਕਹਿੰਦਾ ਕੀ ਹੈ? ਹੁਣ ਤਾਂ ਕਿਸੇ ਮੇਲੇ 'ਤੇ ਚਲੇ ਜਾਂਦੇ ਹਾਂ, ਕੋਈ 2-4 ਰੁਪਈਏ ਦੇ ਦਿੰਦਾ, ਮੌਜਾਂ ਕਰ ਲੈਂਦੇ ਹਾਂ, ਦਾਰੂ ਆਪਾਂ ਕੱਢ ਕੇ ਪੀ ਲੈਂਦੇ ਹਾਂ ਘਰ ਦੀ, ਕੱਲ੍ਹ ਨੂੰ ਜੇ ਕੋਈ ਸੱਟ ਫੇਟ ਲੱਗ ਗਈ, ਕੋਈ ਗੱਲਬਾਤ ਹੋ ਗਈ, ਭਲਵਾਨੀ ਨਾ ਕਰੀ ਗਈ, ਕੀ ਬਣੂ ਕੀ ਆਪਣਾ? ਮੈਂ ਤਾਂ ਉਦਾਸ ਹਾਂ। ਉਹ ਕਹਿੰਦਾ ਫਿਰ ਭਾਈ ਹੁਣ ਇਹਦਾ ਹੱਲ ਵੀ ਕੀ ਹੈ? ਜ਼ਿੰਦਗੀ ਤਾਂ ਜਿਉਣੀ ਹੀ ਹੈ। ਉਹ ਕਹਿੰਦਾ ਨਾ, ਕਹਿੰਦਾ ਮੈਨੂੰ ਇੱਕ ਸਕੀਮ ਸੁੱਝੀ ਹੈ, ਮੈਂ ਤੈਨੂੰ ਗੱਲ ਦੱਸਦਾ। ਮੈਨੂੰ ਪਤਾ ਲੱਗਿਆ ਭੀਖੀ, ਆਪਣੇ ਜਿਹੜੇ ਭੀਖੀ ਵਾਲੇ ਫਲਾਣੇ ਜੈਲਦਾਰ ਕੇ ਸੀ ਨਾ, ਉਹਨਾਂ ਨੇ ਆਪਦੇ 2-3 ਮੁੰਡੇ ਕਰਵਾ ਤੇ ਫੌਜ 'ਚ ਭਰਤੀ, ਅਤੇ ਜਿੱਦਾਂ ਦੇ ਫੌਜ 'ਚ ਭਰਤੀ ਹੋਏ ਨੇ, ਕਹਿੰਦਾ ਸਾਰਿਆਂ ਲਵੇ ਨਵੇਂ ਸਾਈਕਲ ਨੇ, ਉਦੋਂ ਜ਼ਮਾਨੇ ਦੇ ਹਿਸਾਬ ਨਾਲ, ਕਹਿੰਦਾ ਮੁੰਡਾ ਬੰਬੂ ਕੱਟ ਲੈਣ ਨੂੰ ਫਿਰਦਾ ਫੌਜੀ, ਹੁਣ ਨਜ਼ਾਰੇ ਲਵਾਂਗੇ, ਆਪਾਂ ਜ਼ਿੰਦਗੀ ਦਾ ਆਨੰਦ ਲਵਾਂਗੇ, ਆਪਾਂ ਵੀ ਕੀ ਘੱਟ ਹਾਂ ਕਿਸੇ ਨਾਲੋਂ, ਭੱਜਣ ਨੱਠਣ ਨੂੰ ਆਪਾਂ ਘੱਟ ਨਹੀਂ ਹੈਗੇ, ਕੱਦ ਕਾਠ ਆਪਣੇ ਬਥੇਰੇ ਵੱਡੇ ਨੇ, ਆਪਾਂ ਫੌਜ 'ਚ ਭਰਤੀ ਹੋਈਏ। ਜਿਹੜੀ ਸਾਡੀ ਕਿਸਮਤ ਹੈ, ਜਿਹੜੀ ਕਿਸਮਤ ਹੈ, ਕਿਸਮਤ ਵਾਲੀ ਅੱਟੀ ਦੇ ਤਾਂਗੇ ਉਲਝੇ ਪਏ ਨੇ। ਸੁੱਚਾ ਸਿਆ, ਗਰੀਬੀ ਤਾਂ ਨਿਕਲੂ ਘਰੋਂ ਜੇ ਫੌਜ 'ਚ ਭਰਤੀ ਹੋਵਾਂਗੇ, ਅਤੇ ਜੇ ਫੌਜ 'ਚ ਭਰਤੀ ਹੋਵਾਂਗੇ 4 ਪੈਸੇ ਆਉਣਗੇ, ਫੇਰ ਇਹ ਕਹਿੰਦਾ ਵਿਆਹ ਕਰਾਉਣ ਦਾ ਫਾਇਦਾ। ਜੇ ਲਿਆਂਦੀ ਤਾਂ ਸਹੀ, ਚੂੜੇ ਵਾਲੀ, ਡੋਲੇ ਵਾਲੀ,
ਉਹਨੂੰ ਕਿੱਥੋਂ ਖਵਾਵਾਂਗੇ, ਜਵਾਕਾਂ ਨੂੰ ਕਿੱਥੋਂ ਖਵਾਵਾਂਗੇ? ਕਹਿੰਦਾ ਐਂ ਵਿਆਹ ਕਰਾਉਣ ਦਾ ਵੀ ਫਾਇਦਾ ਨਹੀਂ, ਪਹਿਲਾਂ ਫੌਜ 'ਚ ਭਰਤੀ ਹੋਵਾਂਗੇ ਫਿਰ ਵਿਆਹ ਕਰਾਵਾਂਗੇ ਫਿਰ ਜ਼ਿੰਦਗੀ ਦੇ ਸ਼ੌਕ ਪੂਰੇ ਕਰਾਂਗੇ। ਹੁਣ ਬਿੱਡ ਲਾਉਂਦਾ ਘੁੱਕਰ ਬਾਬਾ, ਕਹਿੰਦਾ ਪਤਾ ਕੀ ਹੈ, ਕਹਿੰਦਾ ਕਿਸਾਨ ਤੋਂ ਤਾਂ ਜੱਟ ਤਾਂ ਕਹਿੰਦਾ ਸਾਰੀ ਉਮਰ ਕਮਾਉਂਦਾ ਮਰ ਜਾਂਦਾ, ਉਹ ਬਾਈ ਜੱਟ ਕਹਿੰਦਾ ਸਾਰੀ ਉਮਰ ਕਮਾਉਂਦਾ ਮਰ ਜਾਂਦਾ, ਪਰ ਜੱਟੀ ਦੇ ਬੰਦ ਨਹੀਂ ਬਣਦੇ, ਜੱਟੀ ਦੇ ਬੰਦ ਨਹੀਂ ਬਣਦੇ, ਦੋ ਟੂਮਾਂ ਨਹੀਂ ਜੁੜਦੀਆਂ। ਹੁਣ ਘੁੱਕਰ ਮਗਰਮੱਛ ਦੇ ਹੰਝੂ ਸਿੱਟ ਕੇ ਸੁੱਚਾ ਸਿੰਘ ਸੂਰਮੇ ਦੇ ਗੋਡੇ ਕੋਲੇ ਬਹਿ ਕੇ ਬਾਬਾ ਜਿਹੜੀਆਂ ਜਿਹੜੀਆਂ ਗੱਲਾਂ ਕਹਿੰਦਾ ਹਰਪਾਲ ਸਿੰਘ ਸ਼ਮਲਾ ਸਾਹਿਬ ਦੀ ਕਲਮ ਨੇ ਜੋ ਗੱਲਾਂ ਲਿਖੀਆਂ ਨੇ ਸਮੇਂ ਦਾ ਵਰਣਨ, ਦੱਸ ਬਾਬਾ ਕੀ ਲਿਖਿਆ? ਹੋ ਘੁੱਕਰ ਕਹਿੰਦਾ ਸੁੱਚੇ ਬਾਈ, ਖੇਤੀ ਜਾਂਦੀ ਰਗੜੇ ਲਾਈ, ਵੇਚੀ ਫਸਲ ਵਚੀ ਨਾ ਕਾਈ, ਲਾਣ ਦੀ ਐਸੀ ਖੱਟੀ ਦੇ, ਉਮਰ ਜੇ ਜੱਟ ਕਮਾਈਆਂ ਕਰਦਾ ਬੰਦ ਨਾ ਬਣਦੇ ਜੱਟੀ ਦੇ, ਮਰ ਜੇ ਜੱਟ ਕਮਾਈਆਂ ਕਰਦਾ ਲਾਲ ਕਿਵੇਂ ਵਿਆਜ ਲਗਾਉਂਦੇ, ਲਾਲ ਕਿਵੇਂ ਵਿਆਜ ਲਗਾਉਂਦੇ, ਨੁਕਤੇ ਸਮਝ ਵਿੱਚ ਨਹੀਂ ਆਉਂਦੇ, ਕਰਜ਼ੇ ਵਾਲੇ ਖੂਹ ਵਿੱਚ ਪਾਉਂਦੇ ਜਿਹੜੇ ਪੈਸੇ ਵੱਟੀ ਦੇ, ਉਮਰ ਜੇ ਜੱਟ ਕਮਾਈਆਂ ਕਰਦਾ ਬੰਦ ਨਹੀਂ ਬਣਦੇ ਜੱਟੀ ਦੇ, ਉਮਰ ਜੇ ਜੱਟ ਕਮਾਈਆਂ ਕਰਦਾ ਹੀ ਪਾ ਕੋਠੀਆਂ ਲੈਂਦੇ, ਮਾਲਕ ਮਿਲਾ ਦੇ ਬਣਵੈਂਦੇ, ਸਾਡੇ ਕੋਠੇ ਚੋਂਦੇ ਰਹਿੰਦੇ ਬੜੇ ਦਸਾਂ ਕੇ ਕੱਟੀ ਦੇ, ਉਹ ਮਰ ਜੇ ਜੱਟ ਕਮਾਈਆਂ ਕਰਦਾ ਵੰਦ ਨਹੀਂ ਬਣਦੇ ਜੱਟੀ ਦੇ, ਮਰ ਜੇ ਜੱਟ ਕਮਾਈਆਂ ਕਰਦਾ। ਆਪਾਂ ਕੀਤੀ ਕਦੇ ਸਲਾਹ ਨਹੀਂ, ਆਪਾਂ ਕੀਤੀ ਕਦੇ ਸਲਾਹ ਨਹੀਂ, ਮੈਂ ਕਰਵਾਉਣਾ ਚਾਹੁੰਦਾ ਵਿਆਹ ਨਹੀਂ, ਹੋ ਮੈਥੋਂ ਪੂਰੇ ਹੋਣੇ ਚਾਹ ਨਹੀਂ, ਮੈਥੋਂ ਪੂਰੇ ਹੋਣੇ ਚਾਹ ਨਹੀਂ, ਜੱਟੀ ਫੈਸ਼ਨ ਪੱਟੀ ਦੇ, ਉਮਰ ਜੇ ਜੱਟ ਕਮਾਈਆਂ ਕਰਦਾ ਬੰਦ ਨਹੀਂ ਬਣਦੇ ਜੱਟੀ ਦੇ, ਉਮਰ ਜੇ ਜੱਟ ਕਮਾਈਆਂ ਕਰਦਾ। ਆਪਾਂ ਜੱਟਾਂ ਦੇ ਹਾਂ ਮੁੰਡੇ, ਆਪਾਂ ਜੱਟਾਂ ਦੇ ਹਾਂ ਮੁੰਡੇ, ਸਾਥੋਂ ਬਣਜ ਵੀ ਕਿੱਥੇ ਹੁੰਦੇ, ਵੇਚ ਨਹੀਂ ਸਕਦੇ ਕਦੇ ਮਰੁੰਡੇ, ਕੈਦੀ ਬਣ ਕੇ ਹੱਟੀ ਰੇ, ਹੋ ਮਰ ਜੇ ਜੱਟ ਕਮਾਈਆਂ ਕਰਦਾ ਹਵੰਦ ਨਹੀਂ ਬਣਦੇ ਜੱਟੀ ਦੇ, ਮਰ ਜੇ ਜੱਟ ਕਮਾਈਆਂ ਕਰਦਾ। ਸਾਡੇ ਵਰਗੇ ਜੱਟ ਅਭਾਗੇ ਫੌਜੀ ਬਣ ਕੇ ਬਣੇ ਸੁਭਾਗੇ, ਜਾਂਦੇ ਸੁਲਝੇ ਨੇ ਉਲਝੇ ਤਾਗੇ, ਕਿਸਮਤ ਵਾਲੀ ਅੱਟੀ ਦੇ, ਮਰ ਜੇ ਜੱਟ ਕਮਾਈਆਂ ਕਰਦਾ ਬੰਦ ਨਹੀਂ ਬਣਦੇ ਜੱਟੀ ਦੇ, ਮਰ ਜੇ ਜੱਟ ਕਮਾਈਆਂ ਕਰਦਾ। ਲੋਹੇ ਵਰਗੇ ਜੱਟ ਪੰਜਾਬੀ ਅਫਸਰ ਬਣਦੇ ਬਹੁਤ ਸਤਾਬੀ, ਉਸ ਤੋਂ ਬਾਅਦ ਕਰਾਂਗੇ ਸ਼ਾਦੀ ਵਾਦੇ ਯਾਰੀ ਖੱਟੀ ਦੇ, ਉਹ ਮਰ ਜੇ ਜੱਟ ਕਮਾਈਆਂ ਕਰਦਾ ਹਵੰਦ ਨਹੀਂ ਬਣਦੇ ਜੱਟੀ ਦੇ, ਮਰ ਜੇ ਜੱਟ ਕਮਾਈਆਂ ਕਰਦਾ।
ਕਿਸੇ ਸਬਜ ਬਾਗ ਦਿਖਲਾਏ ਸੁੱਚਾ ਸਿੰਘ ਦੇ ਡੈਲ ਕਮਾਏ ਐਸੇ ਸਬਜ ਬਾਗ ਦਿਖਲਾਏ ਸੁੱਚਾ ਸਿੰਘ ਦੇ ਡੈਲ ਕਮਾਏ ਸ਼ਮਲੇ ਬਾਲਾ ਆਖੀ ਜਾਏ ਸ਼ਮਲੇ ਬਾਲਾ ਆਖੀ ਜਾਏ ਚੋਪਰੀ ਦਾ ਪੱਟੀ ਦੇ ਉਹ ਮਰਜੇ ਜੱਟ ਕਮਾਈਆਂ ਕਰਦਾ ਹਵੰਦ ਨਹੀਂ ਬਣਦੇ ਜੱਟੀ ਦੇ ਮਰਜੇ ਜੱਟ ਕਮਾਈਆਂ ਕਰਦਾ ਲੈ ਕਹਿੰਦਾ ਮਰਜੇ ਜੱਟ ਕਮਾਈਆਂ ਕਰਦਾ ਹਾਂ ਬਹੁਤ ਧੰਨਵਾਦ ਫੁੱਲ ਕੇ ਮਾਰ ਦੇ ਮਿਹਰਬਾਨੀ ਜੋਗੇ ਰਹੋ ਗੱਲ ਵੀ ਸੱਚ ਹੈ ਗੱਲ ਵੀ ਸੱਚ ਹੈ ਜੱਟ ਤੋਂ ਜੱਟੀਆਂ ਦੇ ਸ਼ੌਂਕ ਨਹੀਂ ਪੂਰੇ ਹੁੰਦੇ ਊਂ ਪਰ ਇੱਕ ਗੱਲ ਹੋਰ ਵੀ ਹੈ ਮੈਨੂੰ ਲੱਗਦਾ ਬਾਬਾ ਜੱਟ ਤੋਂ ਤਾਂ ਕੀ ਬੁੜੀਆਂ ਦੇ ਸ਼ੌਂਕ ਕਿਸੇ ਤੋਂ ਵੀ ਨਹੀਂ ਪੂਰੇ ਹੁੰਦੇ ਬੜਾ ਔਖਾ ਕੰਮ ਹੈ ਨਾ ਇੱਕ ਸ਼ਮਲਾ ਸਾਹਿਬ ਨੇ ਗੱਲ ਲਿਖੀ ਇੱਕ ਮੈਂ ਤਾਂ ਕੀ ਹੁੰਦੇ ਨੂੰ ਦੱਸਾਂ ਬਾਈ ਕੀ ਹੈ ਬਹੁਤ ਮਿਹਰਬਾਨੀ ਬਹੁਤ ਆ ਜਾਓ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਅਤੇ ਸਾਡੇ ਵੱਡੇ ਭਰਾ ਇਹਨਾਂ ਦਾ ਵੀ ਸਮੇਂ ਤੋਂ ਬਾਅਦ ਸਨਮਾਨ ਭੇਜਦੇ ਨੇ ਤੇ ਦਦਾਰ ਸਿੰਘ ਜੀ ਮਹਾਨ ਕਮਿਸ਼ਨਰ ਹੋਏ ਨੇ ਤੇ ਇਹ ਇਹਨਾਂ ਨੇ ਉਹ ਕਲਾ ਨੂੰ ਸਾਂਭਿਆ ਸਭ ਤੋਂ ਬਾਅਦ ਇਹ ਵੀ ਜੋਰ ਦਿਖਾਉਣਗੇ 100 ਰੁਪਈਆ ਭੇਜਦੇ ਨੇ ਬਹੁਤ ਬਹੁਤ ਮਿਹਰਬਾਨੀ ਹੋਰ ਵੀ ਭਰਾ 100-150 ਹਜ਼ਾਰ ਰੁਪਏ ਮੈਂ ਹਾਂ ਮੇਰੀ ਗੱਲ ਵਿੱਚ ਰਹਿ ਗਈ ਹਾਂ ਮੈਂ ਕਹਿੰਦਾ ਚਾਹੇ ਮੋਰ ਸੁਣ ਲਈ ਮੈਂ ਜਿਹੜਾ ਕਹੇਗਾ ਸੁਣਾ ਕੇ ਜਾਊਂ ਜਾਂਦਾ ਨਹੀਂ ਪਿਛਲੀ ਵਾਰੀ ਨਾ ਜਿੰਨਾ ਤੁਸੀਂ ਜਿੰਨਾ ਚਿਰ ਤੁਸੀਂ ਕਹੋਗੇ ਉਨਾ ਚਿਰ ਲਾ ਕੇ ਜਾਵਾਂਗੇ ਪਿਛਲੀ ਵਾਰੀ ਟਾਈਮ ਥੋੜ੍ਹਾ ਜਿਹਾ ਉਹਨੂੰ ਮੈਨੂੰ ਕਿਹਾ ਕਹਿੰਦੇ ਘੱਟ ਲੱਗਿਆ ਭਾਈ ਹੋਰ ਲਾਉਣਾ ਸੀਗਾ ਅਤੇ ਐਤਕੀ ਮੈਂ ਵੀ ਜਮਾਂ ਵੇਲ ਕੱਢ ਕੇ ਆਇਆ ਬੇਫਿਕਰ ਰਹੋ ਅਤੇ ਮੈਂ ਨਾ ਬਾਬਾ ਜਿਵੇਂ ਮਾਈਆਂ ਦੀ ਗੱਲ ਕਰਦਾ ਸੀ ਵੀ ਜੱਟ ਤਾਂ ਕੀ ਬੁੜੀਆਂ ਦੇ ਸ਼ੌਂਕ ਤਾਂ ਕਿਸੇ ਤੋਂ ਵੀ ਨਹੀਂ ਪੂਰੇ ਹੁੰਦੇ ਜੇ ਘਰ ਵਾਲੀ ਹੈ ਨਾ ਜਿਹੜੀ ਘਰ ਵਾਲੀ ਦਾ ਇੱਕ ਰੈਂਕ ਘਰ ਵਾਲੇ ਨਾਲੋਂ ਵੱਡਾ ਹੁੰਦਾ ਜੇ ਜੇ ਬੰਦਾ ਹੌਲਦਾਰ ਹੈ ਮੰਨ ਲਓ ਤਾਂ ਘਰ ਵਾਲੀ ਨੂੰ ਥਾਣੇਦਾਰ ਸਮਝ ਜੇ ਬੰਦਾ ਵਕੀਲ ਹੈ ਘਰ ਵਾਲੀ ਨੂੰ ਜੱਜ ਸਮਝ ਜਾਣੀ ਸ਼ਮਲਾ ਸਾਹਿਬ ਨੇ ਇੱਕ ਗੱਲ ਲਿਖੀ ਹੈ ਕਹਿੰਦਾ ਭਾਵੇਂ ਨੌਕਰ ਜਾਂ ਮਾਲਕ ਹੈ ਪਤਨੀ ਦੇ ਅੱਗੇ ਦੋਹਾਂ ਦੀ ਹੁੰਦੀ ਇੱਕੋ ਜਿਹੀ ਹਾਲਤ ਹੈ ਉੱਥੇ ਜਾ ਕੇ ਜੇ ਜੇ ਘਰ ਵਾਲੀ DSP ਜੇ ਬੰਦਾ DSP ਹੈ ਘਰ ਵਾਲੀ ਨੂੰ SSP ਸਮਝ ਇਹ ਤਾਂ ਵੱਡਾ ਹੁੰਦਾ ਕੰਮ ਇਹਨਾਂ ਦੇ ਬੰਦ ਤਾਂ ਕੀ ਬਣਦੇ ਨੇ ਸ਼ੌਂਕ ਪੂਰੇ ਜੱਟਾਂ ਤੋਂ ਤਾਂ ਚੱਲ ਵਿਚਾਰੇ ਮਜ਼ਬੂਰੀ ਦੇ ਮਾਰੇ ਨੇ ਕਿਸੇ ਤੋਂ ਵੀ ਨਹੀਂ ਸ਼ੌਂਕ ਪੂਰੇ ਕਰ ਸਕਦਾ ਬੰਦਾ ਇਹ ਤਾਂ 1-2 ਮਹੀਨੇ ਬਾਅਦ ਜਦੇ ਕਹਿਣ ਲੱਗ ਜਾਂਦੀਆਂ ਨੇ ਇਹ ਤਾਂ ਸਿਆਣੇ ਨੇ ਕਿਹਾ ਨਹੀਂ ਮਾਈਆਂ ਰੱਬ ਰਜਾਈਆਂ ਕਿ ਪਰਮਾਤਮਾ ਹੀ ਕਿਰਪਾ ਕਰੇ ਕੋਈ ਇਹਨਾਂ ਨੂੰ ਸਬਰ ਆਵੇ ਧੰਨਵਾਦ ਹੋਰ ਮਾੜੇ ਬੰਦੇ ਤਾਂ ਦਿਨ ਕੱਪੜੇ ਦੀ ਸੁਣਾਈ ਨੀਤੀਆਂ ਦੀ ਕੱਪੜੇ ਲੈਣੇ ਤੱਕ ਦੂਰ ਦੀ ਗੱਲ ਹੈ ਚਲੋ ਆਪਾਂ ਇਸ ਪਾਸੇ ਨਾ ਜਾਈਏ ਸੁੱਚਾ ਸਿੰਘ ਸੂਰਮੇ ਦੇ ਕੋਲੇ ਸਿੱਟ ਕੇ ਮਗਰ ਮੱਛ ਦੇ ਹੰਝੂ ਕੁੱਕਰ ਨੇ ਤਿਆਰ ਕਰ ਲਿਆ ਬਾਬਾ ਫੌਜ 'ਚ ਭਰਤੀ ਹੋਣ ਨੂੰ ਉਹ ਕਹਿੰਦਾ ਯਾਰ ਜੇ ਆ ਗੱਲ ਹੈ ਗੱਲ ਤਾਂ ਤੇਰੀ ਸਹੀ ਹੈ ਯਾਰ ਆਪਣੀ ਵੀ ਗਰੀਬੀ ਚੱਕੀ ਜਾਊ ਸੁੱਚਾ ਸਿੰਘ ਸੂਰਮਾ ਤੇ ਕੁੱਕਰ ਦੋਨੇ ਜਾਣੇ ਚੜ੍ਹੇ ਰੇਲ ਗੱਡੀ ਫਿਰੋਜ਼ਪੁਰ ਬਾਗੇ ਹੁਣ ਕੱਦ ਪਿੱਟ ਪੂਰਾ ਵਧੀਆ ਸੀਗਾ ਜੀ ਇਹਨਾਂ ਨੂੰ ਕਿਹੜਾ ਕੋਈ ਟਿੱਕਾ ਲੱਗਣਾ ਸੀ ਭੱਜਣ ਨੱਠਣ ਦੀ ਕੋਈ ਭੱਜਣ ਨੱਠਣ ਵਾਲੀ ਚੱਕਰ ਕੋਈ ਨਹੀਂ ਸੀ ਭਲਵਾਨ ਸੀਗੇ ਬੰਦੇ ਚਾਰ ਗੇੜੇ ਜਿਹਨਾਂ ਨੇ ਭਰਤੀਆਂ ਦੇਖੀਆਂ ਉਹਨਾਂ ਨੂੰ ਪਤਾ ਹੋਊ 1600 ਮੀਟਰ ਦਾ 400 ਮੀਟਰ ਦਾ ਟਰੈਕ ਹੁੰਦਾ ਹੈ ਅਤੇ ਹੁਣ 1600 ਮੀਟਰ ਰੇਸ਼ ਹੈ ਫੌਜ ਦੀ ਭਰਤੀ ਕਿਸੇ ਨੇ ਦੇਖਣੀ ਹੋਵੇ 5 ਮਿੰਟ 20 ਸਕਿੰਟਾਂ 'ਚ ਲਾਉਣੀ ਪੈਂਦੀ ਹੈ ਰੇਸ਼ ਉਹ ਉਦੋਂ ਪਹਿਲਾਂ ਵੀ ਮੁੰਡੇ ਲਾ ਆਉਂਦੇ ਨੇ ਐਕਸੀਡੈਂਟ ਮਾਰਦੇ ਨੇ ਉਦੋਂ ਜਿਹੜੇ ਮਿਹਨਤੀ ਮੁੰਡੇ ਨੇ
ਹੁਣ ਜਦੋਂ ਬਾਬਾ ਚਾਰ ਗੇੜੇ ਦੇਣੇ ਸੀਗੇ ਟਰੈਕ ਦੇ ਬਾੜਿਆ ਵਿੱਚ ਸੁੱਚਾ ਸਿੰਘ ਸੂਰਮੇ ਤੇ ਘੁੱਕਰ ਨੂੰ, ਇਹ ਤਾਂ ਸੁੱਚਾ ਸਿੰਘ ਤੇ ਘੁੱਕਰ ਨੂੰ ਭੱਜਣਾ ਗੱਲ ਕੁਛ ਨਹੀਂ ਸੀ, ਪਰ ਜਦੋਂ ਤੀਜਾ ਗੇੜਾ ਆਇਆ ਇਹਨੇ ਤਾਂ ਹੁਣ ਇਹਨੂੰ ਭਰਤੀ ਕਰਾ ਕੇ ਮੁੜਨਾ ਸੀਗਾ। ਸੁੱਚਾ ਸਿੰਘ ਸੂਰਮੇ ਤਾਂ ਬਾਬਾ ਚਾਰੇ ਗੇੜੇ ਦੇ ਤੇ, ਉਹ ਤਾਂ ਹੋ ਗਿਆ ਸਿਲੈਕਟ। ਇਹ ਤੀਜੇ ਗੇੜੇ ਉਈ ਬੱਖੀ ਜੀ ਫੜ ਕੇ ਬਹਿ ਗਿਆ, ਕਹਿੰਦਾ ਬਾਈ ਮੇਰੇ ਤਾਂ ਪਤਾ ਨਹੀਂ ਕੀ ਹੋ ਗਿਆ, ਢਿੱਡ 'ਚ ਦਰਦ ਹੋਣ ਲੱਗ ਗਿਆ ਸੀ, ਮੈਂ ਤਾਂ ਨਹੀਂ ਭੱਜਿਆ ਜਾਣਾ, ਮੈਂ ਰਹਿ ਗਿਆ ਬਾਈ ਓਏ। ਉਹ ਬਾਈ ਤੂੰ ਭਰਤੀ ਹੋ ਗਿਆ, ਪਹਿਲਾਂ ਪੜ੍ਹਾਈ ਲਿਖਾਈ ਦੇਖਦੇ ਨਹੀਂ ਸੀ ਹੁੰਦੇ, ਜਦੇ ਐਵੇਂ ਸੋਹਣਾ ਚੰਗਾ ਜਵਾਨ ਦੇਖ ਕੇ ਉਹਨੂੰ ਭਰਤੀ ਕਰ ਲੈਂਦੇ। ਸੁੱਚਾ ਸਿੰਘ ਸੂਰਮੇ ਨੂੰ ਤਾਂ ਦੇਤਾ ਜੁਆਇਨਿੰਗ ਲੈਟਰ ਬਾਬਾ ਉਹਨਾਂ ਨੇ, ਜਦੇ ਕਹਿੰਦੇ ਲੈ ਵੀ ਮਿੱਤਰਾ ਤੂੰ ਭਰਤੀ ਹੈ, ਚਾਰ ਪੰਜ ਦਿਨਾਂ ਬਾਅਦ ਆ ਕੇ ਟਰੰਕ ਚੱਕ ਲਿਆ ਆਪਦਾ, ਆ ਜਾ। ਹੁਣ ਘੁੱਕਰ ਰਹਿ ਗਿਆ, ਜਦੋਂ ਆ ਕੇ ਕਾਗਜ਼ ਦਿਖਾਇਆ ਕਹਿੰਦਾ ਦੇਖ ਲੈ ਮੈਂ ਤਾਂ ਹੋ ਗਿਆ ਭਰਤੀ ਹੋਏ। ਘੁੱਕਰ ਕਹਿੰਦਾ ਬਾਈ ਯਾਰ ਬੜਾ ਹੋਏ, ਤੇਰਾ ਤਾਂ ਮੈਨੂੰ ਵਿਛੋੜਾ ਝੱਲਣੀ ਬਹੁਤ ਔਖਾ ਹੋ ਜੂ ਯਾਰ, ਮੈਂ ਤੇਰੇ ਬਿਨਾਂ ਕਿਵੇਂ ਰਹੂੰਗਾ। ਸੁੱਚਾ ਸਿੰਘ ਨੇ ਕਾਗਜ਼ ਕੱਢ ਲਿਆ, ਕਹਿੰਦਾ ਮੈਨੂੰ ਘੁੱਕਰਾ ਤੇਰੇ ਨਾਲੋਂ ਨੌਕਰੀ ਪਿਆਰੀ ਨਹੀਂ, ਜੇ ਕਹੇ ਤੂੰ ਯਾਰ ਮੇਰਾ ਯਾਰ ਹੈ, ਜੇ ਨਹੀਂ ਜੀ ਲੱਗਣਾ ਪਾੜ ਦੇਣਾ ਕਾਗਜ਼ ਆਪਾਂ ਚੱਲ ਚੱਲੀਏ ਪਿੰਡ ਛੱਡ ਪਰਾਂ। ਜਦੇ ਬਦਲ ਗਿਆ ਬਾਬਾ, ਉਹਨੇ ਆਖਿਆ ਵੀ ਆਪਾਂ ਤਾਂ ਇਹਨੂੰ ਤਾਂ ਰਾਤ ਰੋਡੇ ਨੂੰ ਚੱਕਣੇ ਆਏ ਸੀਗੇ, ਜੇ ਪਤੰਦਰ ਇਹ ਦੁਬਾਰੇ ਮੁੜ ਗਿਆ ਪਿੰਡ ਨਾਲ ਫਿਰ ਦੱਦ ਲੱਗੂ, ਆਪਾਂ ਤਾਂ ਵੀਰੋ ਕਰਕੇ ਇਹਨੂੰ ਭਰਤੀ ਕਰਾਉਣ ਆਏ ਸੀਗੇ। ਕਹਿੰਦਾ ਨਾ ਬਾਈ ਇਹ ਕੰਮ ਨਾ ਕਰਦੀ। ਕਹਿੰਦਾ ਭਰਤੀ ਦਾ ਮਹੀਨੇ ਬਾਅਦ ਫੇਰ ਆਜੂ, ਭਰਤੀ ਮਹੀਨੇ ਬਾਅਦ ਫੇਰ ਆਜੂ ਮੇਰੇ ਤੋਂ। ਮੈਂ ਹੁਣ ਪਿਛਲੇ ਕਈ ਦਿਨ ਨਾ ਦਾਰੂ ਦੂਰੂ ਜੀ ਵੱਧ ਪੀ ਗਿਆ, ਵਿਆਹਾਂ ਸ਼ਾਦੀਆਂ 'ਚ ਗਏ ਸੀਗੇ ਤਾਂ ਨਹੀਂ ਭੱਜਿਆ ਗਿਆ, ਮੈਂ ਹੁਣ ਦੁਬਾਰੇ ਤਿਆਰੀ ਕਰਕੇ ਅਗਲੇ ਮਹੀਨੇ ਮੈਂ ਉਦੋਂ ਟ੍ਰਾਇਲ ਦਊਂਗਾ, ਤੂੰ ਹੋ ਜਾ ਭਰਤੀ ਕੋਈ ਚੱਕਰ ਨਹੀਂ, ਪਿੰਡ ਦੀ ਫਿਕਰ ਨਾ ਕਰੀ ਮੈਂ ਸਾਂਭੂਗਾ। ਲਓ ਜੀ ਸੁੱਚਾ ਸਿੰਘ ਸੂਰਮਾ ਤਾਂ ਹੋ ਗਿਆ ਫੌਜ ਦੇ ਵਿੱਚ ਭਰਤੀ, ਸੁੱਚਾ ਸਿੰਘ ਤਾਂ ਹੋ ਗਿਆ ਫੌਜ ਦੇ ਵਿੱਚ ਭਰਤੀ। ਫਿਰ ਜਿਹੜਾ ਬੇਈਮਾਨਾ ਜਿਹੜੀ ਦਿਲ ਦੇ ਵਿੱਚ ਮਾੜੀ ਕਰਤੂਤ ਧਾਰ ਕੇ ਇਹ ਭਰਤੀ ਨੌ ਹੋ ਗਏ ਖਾਸੇ, ਜਲਦੀ ਬੋਲ ਲਿਆ ਕਰ, ਆ ਜਾ ਇਹ ਵੀ ਕੰਮ ਜ਼ਰੂਰੀ ਹੈ, ਜਲਦੀ ਬੋਲ 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 ਲੈ, ਤੁਸੀਂ ਬਿਰਤੀਆਂ ਇੱਥੇ ਰੱਖਿਓ, ਫਟਾਫਟ ਨਾਮ ਬੋਲ ਲੈਗੇ ਨਾ ਫਿਰ ਆਪਾਂ ਦਿਖਾਉਣਾ ਇਤਿਹਾਸ ਨੂੰ ਸਮਝ। ਬਹੁਤ ਬਹੁਤ ਧੰਨਵਾਦ ਜੀ। 200 ਰੁਪਇਆ ਸਾਡੇ ਵੀਰ ਇੱਕ ਨਾਮ ਨਹੀਂ ਦੱਸ ਕੇ ਗਏ, ਉਹ ਮੋਰਨੀ ਦੀ ਫਰਮਾਇਸ਼ ਕਰਕੇ ਗਏ ਨੇ, ਉਹ ਕਹਿੰਦੇ ਵੀ ਅਸੀਂ ਲੇਟ ਆਏ ਹਾਂ, ਸੋ ਬਹੁਤ ਬਹੁਤ ਧੰਨਵਾਦ। ਕਾਲਾ ਲਾਲੇ ਕਾ 100 ਰੁਪਇਆ, ਮੇਜਰ ਸਿੰਘ ਜੀ ਵੀਲਾ ਉਹਨਾਂ ਵੱਲੋਂ 100 ਰੁਪਇਆ, ਅਤੇ ਸਾਡਾ ਵੀ ਗੇਲਾ ਉਹਦੇ ਵੱਲੋਂ 10 ਰੁਪਏ, ਅਤੇ ਗੁਰਦੇਵ ਸਿੰਘ ਜੀ 50 ਰੁਪਈਏ, ਮੇਜਰ ਸਿੰਘ ਜੀ ਨਾਥਪੁਰਾ ਜੋ ਸਾਡੇ ਗੁਰਜੰਟ ਸਿੰਘ ਸੈਕਟਰੀ ਦੇ ਡੈਡੀ ਜੀ ਉਹਨਾਂ ਵੱਲੋਂ 100 ਰੁਪਇਆ। ਬਹੁਤ ਬਹੁਤ ਧੰਨਵਾਦ ਜੀ ਮੇਜਰ ਸਿੰਘ ਜੀ ਨਾਥਪੁਰਾ, ਸਾਡੇ ਸੈਕਟਰੀ ਸਾਹਿਬ ਦੇ ਡੈਡੀ ਜੀ 100 ਰੁਪਇਆ, ਔਰ 40 ਰੁਪਏ ਗੁਪਤਦਾਨ, ਅਤੇ ਹਿੰਮਤ ਸਿੰਘ ਜੀ ਬੀਲਾ ਅਤੇ ਡਾਕਟਰ ਰੁਪਿੰਦਰ ਸਿੰਘ ਜੀ ਬੀਲਾ ਅਤੇ ਬਣੀ ਬੀਲਾ ਇਹਨਾਂ ਵੱਲੋਂ 500 ਰੁਪਇਆ ਮਾਣ ਆਇਆ। ਬਹੁਤ ਬਹੁਤ ਧੰਨਵਾਦ ਹਿੰਮਤ ਸਿੰਘ ਜੀ ਬੀਲਾ, ਡਾਕਟਰ ਰੁਪਿੰਦਰ ਸਿੰਘ ਜੀ ਬੀਲਾ, ਬਣੀ ਸਿੰਘ ਜੀ ਬੀਲਾ, ਅਤੇ ਸਾਡੇ ਮਲਵਾਈ ਗਿੱਧੇ ਦੇ ਬਾਬਾ ਬੋੜ ਗੁਰਦਿੱਤਾ ਜੀ, ਸਾਡੇ ਮਲਵਾਈ ਗਿੱਧੇ ਦੇ ਬਾਬਾ ਬੋੜ ਗੁਰਦਿੱਤਾ ਜੀ ਉਹਨਾਂ ਵੱਲੋਂ 100 ਰੁਪਇਆ, ਧਰਮਵੀਰ ਸਿੰਘ ਜੀ ਭੋਲਾ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ, ਅਤੇ ਸਾਡਾ ਵੀਰ ਭੋਲਾ ਸਿੰਘ ਜੀ ਸੇਮ 50 ਰੁਪਈਏ, ਅਤੇ ਭੋਲਾ ਸਿੰਘ ਜੀ ਸੇਮ 50 ਰੁਪਈਏ ਡਕਾਉਂਦਾ ਗਰੁੱਪ ਵਾਲੇ ਵੀਰ ਇਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ। ਬਹੁਤ ਬਹੁਤ ਧੰਨਵਾਦ, ਅਤੇ ਆ ਜਾਓ ਕੁਲਦੀਪ ਜੀ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਅਤੇ ਬਾਬਾ ਇੱਕ ਮੇਰੀ ਬੇਨਤੀ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ ਜਦੋਂ ਕਹੋਗੇ, ਕਿਉਂਕਿ ਸਾਰੀ ਸੰਗਤ ਰੱਬ ਵਰਗੀ ਹੈ। ਇੱਥੇ ਮੈਂ ਪਹਿਲਾਂ ਬਾਈ ਤੁਹਾਨੂੰ ਬੇਨਤੀ ਕਰਕੇ ਹਟਿਆ, ਕੋਈ ਕਲਾਕਾਰ ਬਣ ਕੇ ਨਹੀਂ ਖੜ੍ਹੇ, ਬਹੁਤ ਪਿਆਰ ਹੈ। ਮੈਂ ਤਾਂ ਨਾ ਮੈਨੂੰ ਨਥਾਣੇ ਮੇਲੇ ਨੇ, ਬਾਬੇ ਦੇ ਮੇਲੇ ਨੇ, ਤੁਹਾਡੇ ਸੰਗਤਾਂ ਦੇ ਆਸ਼ੀਰਵਾਦ ਨੇ।
ਬਹੁਤ ਕਿਰਪਾ ਕੀਤੀ, ਸਾਨੂੰ ਗਾਉਣ ਲਾਤਾ। ਜਦੋਂ ਐਤਕੀ ਬਾਈ ਨੂੰ ਪੁੱਛ ਲਓ ਚਾਹੇ ਮੈਂ ਨਾ ਡੇਟ ਆਪ ਫੋਨ ਕਰਕੇ ਪੁੱਛੀ ਬਾਈ ਨੂੰ ਪਹਿਲਾਂ ਮਹੀਨਾ ਡੇਢ ਮਹੀਨਾ ਪਹਿਲਾਂ ਕਿ ਮਹਾਂ ਤਾਂ ਕਿ ਕਿਉਂਕਿ ਇਹ ਨਾ ਵਿਸਾਖੀ ਦੇ ਨੇੜੇ ਆ ਜਾਂਦਾ ਸਾਡੇ ਲਈ ਪ੍ਰੋਗਰਾਮ ਹੋਰ ਬੁੱਕ ਹੋ ਜਾਂਦੇ ਨੇ। ਮੈਂ ਡੇਢ ਮਹੀਨਾ ਪਹਿਲਾਂ ਬਾਈ ਨੂੰ ਆਪ ਫੋਨ ਕਰਕੇ ਪੁੱਛਿਆ, ਮੈਂ ਮੈਨੂੰ ਡੇਟ ਦੱਸ ਲਈ ਯਾਰ ਕਿਉਂ, ਕਿਉਂਕਿ ਤੁਸੀਂ ਅਸ਼ੀਰਵਾਦ ਦਿੱਤਾ ਸਾਨੂੰ ਗਾਉਣ ਲਾਤਾ। ਅਸੀਂ ਐਤਕੀ ਵਿਆਹਾਂ ਦੇ ਵਿੱਚ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਆ ਚਾਚੇ ਹੁਣੀ ਬੈਠੇ ਨੇ, ਮਤਲਬ ਦੋ ਤਿੰਨ ਵਾਰੀ ਤਾਂ ਇਹਨਾਂ ਦੇ ਪਿੰਡ ਜਾਏ, ਇਹਨਾਂ ਦਾ ਬਹੁਤ ਆਸ਼ੀਰਵਾਦ ਹੈ ਕਿਉਂਕਿ ਇਹ ਕੋਈ ਕੋਈ ਪਿੰਡ ਹੁੰਦੇ ਆ, ਕੋਈ ਕੋਈ ਸਰੋਤੇ ਹੁੰਦੇ ਆ ਜਿਹੜੇ ਇਸ ਤਰ੍ਹਾਂ ਜਿਵੇਂ ਹੁਣ ਇਹਨਾਂ ਨਾਲ ਸਾਡਾ ਪਿਆਰ ਪਰਿਵਾਰ ਵਾਲਾ ਹੋ ਗਿਆ। ਅਸੀਂ ਦੂਸਰੇ ਲੁੱਟ ਪੜਦੇ ਹਾਂ, ਬਾਬਾ ਮਹਿੰਦਰ ਹੁਣੀ ਬੈਠੇ ਆ, ਚਾਚਾ ਕੁਲਵੰਤ ਸਿੰਘ ਹੁਣੀ ਬੈਠੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਤੁਸੀਂ ਕਿਰਪਾ ਕੀਤੀ। ਅਤੇ ਮੇਰੀ ਬੇਨਤੀ ਹੈ ਤੁਸੀਂ ਨਾ ਆਪਣਾ ਟਾਈਮ ਟੇਬਲ ਦੇਖ ਲਿਓ, ਕਿਉਂਕਿ ਗਾਹਾਂ ਵਾਲੇ ਜਥਿਆਂ ਨੂੰ ਵੀ ਤੁਸੀਂ ਸਤਿਕਾਰ ਦੇਣਾ, ਤੁਸੀਂ ਰਹਿ ਕਰਕੇ ਨਹੀਂ ਇਹ ਕੋਈ ਗੱਲ ਨਹੀਂ, ਮੈਨੂੰ ਦੱਸ ਦਿਓ ਵੀ ਕਿੰਨਾ ਕੁ ਟਾਈਮ ਹੋਰ ਲਾ ਦਾ, ਫਿਰ ਮੈਂ ਉਹੋ ਜਿਹੇ ਹਿਸਾਬ ਨਾਲ ਬਣਾਊ। ਕਿਉਂਕਿ ਪਤਾ ਕੀ ਚੱਕਰ, ਅਸੀਂ ਬਾਕੇ ਮਾਹੀ ਨੰਗਲ, ਅਸੀਂ ਬਾਕੇ ਮਾਹੀ ਆ ਜਾਈ ਭਾਈ, ਅਸੀਂ ਬਾਕੇ ਮਾਹੀ ਨੰਗਲ ਉੱਥੇ ਜਾ ਕੇ ਗਾਉਣ ਲੱਗ ਗਏ। ਉਹ ਬਾਅਦ 'ਚ ਕਹਿੰਦੇ ਵੀ ਸੁੱਚਾ ਵੀ ਸੁਣਾ, ਸੁੱਚਾ ਪਹਿਲਾਂ ਤਾਂ ਪਹਿਲਾਂ ਹੋਰ ਸੁਣਿਆ ਇੱਕ, ਪਹਿਲਾਂ ਹਾਂ ਹਰੀ ਸਿੰਘ ਨਲੂਆ ਸੁਣਾਇਆ, ਪਹਿਲਾਂ ਦੋ ਹਾਣੇ ਪਤੰਦਰਾਂ ਨੇ ਲਵਾਏ, ਨਾਲ ਕਹਿੰਦੇ ਸੁੱਚਾ ਸਿੰਘ ਸੂਰਮਾ ਸੁਣਾ। ਉਹ ਜਦੋਂ ਡੇਢ ਦੋ ਘੰਟੇ ਲੰਘ ਗਏ, ਦੋ ਘੰਟੇ ਹੋ ਗਏ ਹੁਣ ਸਮਾਂ, ਕਿਉਂਕਿ ਭਾਈ ਸਾਜ ਸੱਪਾ ਕੋਈ ਹੁੰਦਾ ਨਹੀਂ, ਐਂ ਚਲੋ ਕੋਸ਼ਿਸ਼ ਕਰਦੇ ਹਾਂ ਵੀ ਪੂਰਾ ਜ਼ੋਰ ਲਾ ਕੇ ਗਾਈਏ, ਅਤੇ ਬਾਬਾ ਜੀ ਨੂੰ ਦੱਸ ਦਿਓ ਟਾਈਮ, ਅਤੇ ਕੋਸ਼ਿਸ਼ ਕਰਦੇ ਹਾਂ ਵੀ ਪੂਰਾ ਜ਼ੋਰ ਲਾ ਕੇ ਗਾਈਏ। ਅਤੇ ਜਦੋਂ ਸੁੱਚਾ ਸਿੰਘ ਸੂਰਮਾ ਸੁਣਾਉਣ ਲੱਗ ਗਿਆ, ਮੈਂ ਦੋ ਘੰਟੇ ਲੰਘ ਗਏ ਅਤੇ ਮੈਂ ਕਿਹਾ ਮਹਾਂ ਵੀ ਫਿਰ ਸੁਣਾਵਾਂਗੇ ਕਦੇ ਭਾਈ, ਟਾਈਮ ਬਹੁਤ ਹੋ ਗਿਆ। ਵਿੱਚੋਂ ਦੂਰੋਂ ਇੱਕ ਬਾਬਾ ਖੜਾ ਹੋ ਕੇ ਕਹਿੰਦਾ ਵੀ ਗੱਲ ਸੁਣ ਲੈ ਪੁੱਤਰਾ। ਮਹਾਂ ਹਾਂ। ਕਹਿੰਦਾ ਟਾਈਮ ਭਾਵਾਂ ਜਿੰਨਾ ਮਰਜ਼ੀ ਲਾ ਲੈ, 5 ਲਾ ਲੈ, 10 ਮਿੰਟ ਲਾ ਲੈ, ਅੱਧਾ ਘੰਟਾ ਲਾ ਲੈ, ਸਾਨੂੰ ਤਾਂ ਕੋਈ ਚੱਕਰ ਨਹੀਂ। ਕਹਿੰਦਾ ਪਰ, ਕਹਿੰਦਾ ਜਿਹੜਾ ਨਾ ਘੁੱਕਰ ਹੈ ਹਾ ਘੁੱਕਰ, ਕਹਿੰਦਾ ਇਹ ਮਾੜਾ ਬੰਦਾ, ਇਹਨੇ ਕਰੀ ਆ ਗਦਾਰੀ, ਆਪਦੇ ਯਾਰ ਦੀ ਭਰਜਾਈ ਤੇ ਮੈਲੀ ਅੱਖ ਰੱਖੀ ਹੈ। ਮਹਾਂ ਫਿਰ ਬਾਬਾ, ਕਹਿੰਦਾ ਟਾਈਮ ਜਿੰਨਾ ਮਰਜ਼ੀ ਲਾ ਦੀ ਪੁੱਤ, ਕਹਿੰਦਾ ਪਰ ਇਹਨੂੰ ਮਾਰੇ ਬਿਨਾਂ ਸਾਡੇ ਪਿੰਡ 'ਚੋਂ ਨਾ ਮੰਗ ਜੀ। ਮਹਾਂ ਕੀ ਗੱਲ, ਮਹਾਂ ਕੀ ਗੱਲ, ਕਹਿੰਦਾ ਇਹੋ ਜਿਹੇ ਮਾੜੇ ਬੰਦੇ ਪੁੱਤ ਤੰਗ ਕਰਦੇ ਨੇ, ਜਿਉਂਦਾ ਨਾ ਛੱਡ ਜੀ ਇਹਨੂੰ। ਮਹਾਂ ਠੀਕ ਹੈ ਬਾਬਾ, ਸੋ ਟਾਈਮ ਭਰਾ ਸਾਨੂੰ ਦੱਸ ਗਿਆ, ਅਤੇ ਮੈਨੂੰ ਲੱਗਦਾ ਹਾਂ ਅਸੀਂ ਓਨੇ ਕੁ ਟਾਈਮ ਦੇ ਵਿੱਚ, ਮੈਂ ਕੋਸ਼ਿਸ਼ ਕਰੂੰਗਾ ਵੀ ਇਹਨੂੰ ਇਹਦੀ ਪੱਤੀ ਵੱਢ ਕੇ ਜਾਵਾਂ, ਕੁੱਕਰ ਦੀ ਇਹਨੂੰ ਮਾਰ ਕੇ ਜਾਊਂਗਾ। ਅਸੀਂ ਪਿਛਲੀ ਵਾਰੀ ਬਚ ਗਿਆ ਸੀਗਾ ਮੈਥੋਂ, ਅਤੇ ਉਦੋਂ ਦੀ ਰੜਕ ਤਾਂ ਮੈਨੂੰ ਤਾਂ ਹੀ ਇਹਨਾਂ ਨੇ ਕਿਹਾ, ਕਹਿੰਦੇ ਵੀ ਐਤਕੀ ਇਹਨੂੰ ਮਾਰ ਕੇ ਜਾਈ। ਲਓ ਸੁੱਚਾ ਸਿੰਘ ਸੂਰਮੇ ਨੂੰ ਫੌਜ ਦੇ ਵਿੱਚ ਕਰਾ ਕੇ ਭਰਤੀ, ਘੁੱਕਰ ਪਿੰਡ ਆ ਗਿਆ। ਘੁੱਕਰ ਨੇ ਚੱਕ ਲਈ ਅੱਤ, ਅੱਤ ਕੀ ਚੱਕ ਲਈ, ਪਹਿਲਾਂ ਤਾਂ ਘੁੱਕਰ ਨੂੰ ਕਹਿੰਦੇ ਸੀ ਘੁੱਕਰ ਮੱਲ, ਫਿਰ ਜਦੋਂ ਇਹ ਬੈਲ ਕਮਾਉਣ ਲੱਗ ਗਿਆ ਬਾਬਾ, ਫਿਰ ਇਹਨੂੰ ਹੁਣ ਆ ਜਿਹੜਾ ਸਮਾਂ ਚੱਲ ਰਿਹਾ, ਇਹਨੂੰ ਕਹਿਣ ਲੱਗ ਗਏ ਜੀ ਘੁੱਕਰ ਬੇਲੀ, ਬੇਲੀ ਲੱਗ ਗਿਆ ਇਹਦੇ ਨਾਲ ਨਾਂ ਦੇ ਨਾਲ। ਅਤੇ ਹੁਣ ਇਹ ਬੈਲ ਕਮਾਉਂਦਾ ਫਿਰਦਾ ਬਾਬਾ, ਇਹਨੇ ਭਾਗ ਜਿਹੜਾ ਭਾਗ ਸੀ ਜਿਹੜਾ ਝੋਲੀ ਚੱਕ ਸਕੀਮਾਂ ਲੜਾ ਕੇ ਇਹਨਾਂ ਨੇ ਬੀਰੋ ਕਰ ਲਈ ਬਸ। ਇੱਥੇ ਲਿਖ ਕੇ ਲਿਖਦਾ ਇੱਕ ਗੱਲ, ਹੋ ਕੁੱਕਰ ਦੇ ਘਰ ਲਿਆਂਦੀ ਸੱਦ ਕੇ ਬੀਰੋ ਭਾਗ ਵਿਚੋਲੇ ਨੇ, ਕੁੱਕਰ ਦੇ ਘਰ ਲਿਆਂਦੀ ਸੱਦ ਕੇ ਬੀਰੋ ਭਾਗ ਵਿਚੋਲੇ ਨੇ, ਤੇ ਬਿਰਸ਼ ਇਸ਼ਕ ਦਾ ਲਾਉਣਾ ਮੁਸ਼ਕਿਲ ਦਿਲ ਤਿੰਨਾਂ ਦੇ ਡੋਲੇ ਨੇ, ਹੋ ਮੈਂ ਤੇਰੀ ਤੂੰ ਮੇਰਾ ਵਾਲੇ ਕੌਲ ਪਗਾ ਲੇ ਦੋਹਾਂ ਨੇ, ਵਿੱਚ ਬਣਾ ਲਿਆ ਭਾਗ ਬਚੋਲਾ ਦਿਲ ਬਦਲਾ ਲੇ ਦੋਹਾਂ ਨੇ, ਭਾਗ ਨੂੰ ਬਚੋਲਾ ਬਣਾ ਲਿਆ। ਹੋ ਬੇਸ਼ਰਮੀ ਦੀ ਕਰੂ ਰੋਸ਼ਨੀ ਵੀਰੋ ਚੰਦ ਚੜਾ ਬੈਠੀ, ਬੇਸ਼ਰਮੀ ਦੀ
ਕਰੂ ਰੋਸ਼ਨੀ ਉਹ ਬੀਰੋ ਚੰਦ ਚੜਾ ਬੈਠੀ ਦੇਵਰ ਨੇ ਸੀ ਪੱਗ ਬਦਲਾਈ ਤੇ ਭਾਬੀ ਦਿਲ ਬਦਲਾ ਬੈਠੀ ਉਹ ਖਤਰੇ ਮੌਤ ਪੱਗ ਤੇ ਜੱਗ ਦੇ ਦਿਲੋਂ ਭੁਲਾ ਲੈ ਦੋਹਾਂ ਨੇ ਉਹ ਵਿੱਚ ਬਣਾ ਲਿਆ ਭਾਗ ਵਿਚੋਲਾ ਦਿਲ ਬਦਲਾ ਲੈ ਦੋਹਾਂ ਨੇ ਭਾਗ ਨੂੰ ਵਿਚੋਲਾ ਬਣਾ ਕੇ ਦੋਨੇ ਜਾਣੇ ਕਿਉਂਕਿ ਵੀਰੋ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਹਟਿਆ ਵੀ ਉਹਦਾ ਪਹਿਲਾਂ ਤੋਂ ਹੀ ਉਹਦਾ ਪੱਲਾ ਚੱਕਿਆ ਹੋਇਆ ਸੀਗਾ ਸ਼ਰਮ ਵਾਲਾ ਉਹ ਪਹਿਲਾਂ ਤੋਂ ਜੇ ਕਹਿ ਦਈਏ ਕਰੈਕਟਰ ਦੇ ਵਿੱਚ ਫਾਲਟ ਸੀਗਾ ਤੇ ਨਰੈਣਾ ਵਿਚਾਰਾ ਸਿੱਧਾ ਸਾਦਾ ਦੇਸੀ ਜੱਟ ਮੇਲ ਨਾ ਰਲਿਆ ਕੁੱਕਰ ਦੇ ਨਾਲ ਬਾਬਾ ਜਦੋਂ ਗੱਲਾਂ ਹੋਣ ਲੱਗ ਗਈਆਂ ਪਿੰਡ ਦੇ ਵਿੱਚ ਆਲੇ ਦੁਆਲੇ ਜਿਹੜਾ ਵੀ ਮਿਲੇ ਫਿਰ ਨਾ ਫਿਰ ਲੋਕ ਬਾਬਾ ਟਚਕਾਰੀਆਂ ਲਾ ਲਾ ਵੀ ਗੱਲਾਂ ਕਰਨ ਲੱਗ ਜਾਂਦੇ ਨੇ ਫਿਰ ਕਿਉਂਕਿ ਬਾਈ ਫਿਰ ਅਗਲਾ ਸਵਾਦ ਲੈਂਦਾ ਕਿਸੇ ਦੇ ਘਰ ਲੱਗੀ ਅੱਗ ਦੇਖ ਕੇ ਹੁਣ ਨਰੈਣਾ ਵਿਚਾਰਾ ਜੇ ਕੁਝ ਬੋਲਣ ਦੀ ਕੋਸ਼ਿਸ਼ ਕਰਿਆ ਕਰੇ ਕੁੱਕਰ ਭੱਜ ਕੇ ਪਿਆ ਕਰੇ ਉਹਨੂੰ ਇੱਥੋਂ ਤੱਕ ਵੀ ਜੇ ਨਰੈਣਾ ਨਾ ਵਿਚਾਰਾ ਕੁਝ ਕਹਿਣ ਦੀ ਕੋਸ਼ਿਸ਼ ਕਰਿਆ ਕਰੇ ਬਾਬਾ ਇੱਕ ਦੋ ਵਾਰੀ ਕਹਿੰਦੇ ਥੱਪੜ ਥੱਪੜ ਵੀ ਮਾਰੇ ਨਰੈਣੇ ਨੂੰ ਕੁੱਟਿਆ ਕਰਨ ਘਰੇ ਜਾ ਕੇ ਜੇ ਉਹ ਕਿਹਾ ਕਰੇ ਵੀ ਮੈਂ ਮੇਰੇ ਭਾਈ ਨੂੰ ਦੱਸੂ ਤੇਰੀਆਂ ਕਰਤੂਤਾਂ ਵੀਰੋ ਮੈਂ ਸੁੱਚੇ ਨੂੰ ਦੱਸ ਦੂੰ ਜਦੋਂ ਵੀਰੋ ਜਾ ਕੇ ਕਹਿੰਦਾ ਕਰੇ ਵੀ ਗੱਲ ਸੁਣ ਲੈ ਕੁੱਕਰਾ ਉਹ ਜਾ ਮੈਨੂੰ ਨਰੈਣਾ ਜਾ ਕਹਿੰਦਾ ਸੀ ਮੈਨੂੰ ਐਂ ਕਹਿੰਦਾ ਸੀ ਵੀ ਦੱਸੋ ਘਰੇ ਆ ਕੇ ਦਾਰੂ ਦੇ ਨਾਲ ਰੱਜ ਕੇ ਭਾਗ ਤੇ ਕੁੱਕਰ ਨਰੈਣੇ ਨੂੰ ਕੁੱਟਿਆ ਕਰਨ ਫਿਰ ਦੁਖੀ ਬੰਦਾ ਲਾਚਾਰ ਬੰਦਾ ਕੀ ਕਰ ਸਕਦਾ ਬੇਬਸ ਹੋਇਆ ਹੋਇਆ ਬੰਦਾ ਵੀਰੋ ਨੂੰ ਬਿਠਾ ਲਿਆ ਕਿਤੇ ਆਪਦੇ ਘਰ ਵਾਲੀ ਨੂੰ ਬਿਠਾ ਲਿਆ ਕੀ ਕਰਦਾ ਹੱਥ ਬੰਨ ਲੇ ਕਹਿੰਦਾ ਵੀਰੋ ਜਿਹੜੇ ਲੱਛਣ ਤੈਂ ਫੜ ਲੇ ਇਹਨਾਂ ਲੱਛਣਾਂ ਦੇ ਨਾਲ ਬਸਦੇ ਘਰਾਂ ਨੂੰ ਜਿੰਦੇ ਲੱਗ ਜਾਂਦੇ ਨੇ ਚੁੱਲ੍ਹਿਆਂ ਦੇ ਵਿੱਚ ਘਾਹ ਉੱਗ ਪੈਂਦਾ ਵੀਰੋ ਤੈਨੂੰ ਬੇਨਤੀ ਕਰਦਾ ਮੈਂ ਕੁਛ ਕਰ ਨਹੀਂ ਸਕਦਾ ਮੈਂ ਲਾਚਾਰ ਹਾਂ ਆਹ ਹੱਥ ਬੰਨਦਾ ਤੇਰੇ ਮੂਹਰੇ ਇਹ ਕੰਮ ਛੱਡ ਦੇ ਨਹੀਂ ਆਪਣੇ ਕਹਿੰਦਾ ਇੱਕ ਨਹੀਂ ਜੇ ਤੂੰ ਕਹੇ ਵੀ ਕਿੱਲਾ ਆਪਣਾ ਜਾਂ ਕਿੱਲਾ ਕੁੱਕਰ ਦਾ ਤਿੰਨ ਘਰ ਪੱਟੇ ਜਾਣਗੇ ਤਿੰਨ ਜੇ ਤੂੰ ਨਾ ਹਟੀ ਮੈਨੂੰ ਮੇਰੇ ਭਾਈ ਨੂੰ ਦੱਸਣਾ ਤੂੰ ਅੱਕ ਕੇ ਸੁੱਚਾ ਸੋ ਸੂਰਮੇ ਨੂੰ ਕੋਈ ਚੰਦ ਨਵਾਂ ਚੜੂਗਾ ਜੇ ਤੂੰ ਹੱਥ ਬੰਨਿਆ ਤੂੰ ਨਹੀਂ ਮੰਨਦੀ ਵੀਰੋ ਮੈਂ ਤੇਰੇ ਪੈਰੀਂ ਆਪਦੀ ਪੱਗ ਧਰ ਦਿੰਦਾ ਨਰੈਣਾ ਮਜਬੂਰ ਹੋਇਆ ਹੈ ਨਾ ਬਾਈ ਜਦੋਂ ਕਹਿੰਦੇ ਨੇ ਔਰਤ ਹੈ ਨਾ ਜਿਹੜੀ ਔਰਤ ਹੈ ਵੈਸੇ ਸਾਡੇ ਬਾਬੇ ਨਾਨਕ ਨੇ ਲਿਖਿਆ ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ ਇਹ ਜੱਗ ਜਨਣੀ ਹੈ ਜਿਹੜੀ ਔਰਤ ਹੈ ਬਹੁਤ ਸਤਿਕਾਰਯੋਗ ਹੈ ਸਾਰਾ ਸੰਸਾਰ ਹੈ ਜਿਹੜਾ ਔਰਤ ਨੇ ਮਾਂ ਬਣ ਕੇ ਉਹਨੂੰ ਛਾਂ ਦਿੱਤੀ ਹੈ ਔਰਤ ਹੈ ਜਿਹੜੀ ਸਾਡੀ ਮਾਂ ਹੈ ਪਰ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਇਹ ਔਰਤ ਨਹੀਂ ਇਹ ਵਿਗੜੀ ਹੋਈ ਹੈ ਜਦੋਂ ਵਿਗੜ ਜੇ ਫਿਰ ਔਰਤ ਨਹੀਂ ਰਹਿੰਦੀ ਕਈਆਂ ਦੇ ਖਿਆਲ ਚ ਆਵੇ ਨਾ ਵੀ ਬਾਈ ਔਰਤ ਨੂੰ ਮਾੜਾ ਕਹੀਆਂ ਤਾਂ ਨਾ ਜਿਹੜੀ ਔਰਤ ਆ ਉਹ ਸਤਿਕਾਰਯੋਗ ਹੈ ਜਿਹੜੀ ਘਰ ਬੰਨੀ ਬੈਠੀ ਹੈ ਉਹਦੇ ਚਰਨਾਂ ਦੇ ਵਿੱਚ ਸਾਡਾ ਸਾਰਿਆਂ ਦਾ ਸਿਰ ਝੁਕਦਾ ਪਰ ਜਿਹਦੀ ਆਹ ਗੱਲ ਮੈਂ ਕਰਨ ਜਾ ਰਿਹਾ ਹੁਣ ਇਹ ਔਰਤ ਨਹੀਂ ਹੈ ਇਹ ਵਿਗੜ ਕੇ ਇਹ ਡੈਣ ਬਣੀ ਹੋਈ ਹੈ ਡੈਣ ਫਿਰ ਜਦੋਂ ਔਰਤ ਡੈਣ ਬਣ ਜੇ ਨਾ ਕਹਿੰਦੇ ਆਪਣੇ ਬੱਚੇ ਵੀ ਖਾ ਜਾਂਦੀ ਹੈ ਉਹਦੀ ਗੱਲ ਕਰਦਾ ਹੁਣ ਲਾਚਾਰ ਹੋਇਆ ਨਰੈਣਾ ਤਰਲੇ ਮਿੰਨਤਾਂ ਕਰਕੇ
ਆਪਦੀ ਪੱਗ ਲਾ ਲਈ। ਕਹਿੰਦਾ ਜੇ ਤੂੰ ਕਹਿਣੀ ਹੈ ਨਾ ਮੈਂ ਤੇਰੇ ਪੈਰੀ ਪੱਗ ਧਰ ਦਿੰਦਾ, ਪਰਾ ਕੰਮ ਛੱਡ ਦੇ। ਨਹੀਂ ਵੀਰੋ ਤੂੰ ਬਸ ਦੇ ਘਰ ਨੂੰ ਜਿੰਦੇ ਲਵਾਏਂਗੀ, ਮੈਨੂੰ ਅੱਕ ਕੇ ਮੇਰੇ ਭਰਾ ਨੂੰ ਦੱਸਣਾ ਪਊਗਾ। ਉਹ ਵੇਲੇ ਦੀਆਂ ਗੱਲਾਂ ਬਾਤਾਂ ਨੂੰ ਬਾਬਾ ਹਰਪਾਲ ਸਿੰਘ ਸ਼ਮਲਾ ਸਾਹਿਬ ਦੀ ਕਲਮ ਨੇ ਜਿਵੇਂ ਲਿਖਿਆ ਦੱਸ ਕੇ ਹੋਇਆ ਖਦਾ ਨਰੈਣਾ ਆਖਦਾ ਨਰੈਣਾ ਵੀਰੋ ਤਾਈ ਬੋਲ ਕੇ ਗੱਲ ਕਰੂ ਸੱਚੀ ਸੁਣੀ ਕੰਨ ਖੋਲ ਕੇ ਹੋ ਗੱਲ ਕਰੂ ਸੱਚੀ ਸੁਣੀ ਕੰਨ ਖੋਲ ਕੇ ਬੀਤ ਗਿਆ ਜੇ ਬੇੜਾ ਫਿਰ ਪਛਤਾਏਂਗੀ ਵਸਦੇ ਘਰਾਂ ਨੂੰ ਜਿੰਦਰੇ ਲਵਾਏਂਗੀ ਹੋ ਨੀ ਵਸਦੇ ਘਰਾਂ ਨੂੰ ਜਿੰਦੇ ਤੂੰ ਲਵਾਏਂਗੀ ਹੋ ਪੁਰਾਣਾ ਮਨਾਈ ਮੇਰੀ ਚੰਗੀ ਗੱਲ ਦਾ ਅਜੇ ਘਰ ਬੰਦ ਘਰੇ ਆਉਣਾ ਮੱਲਦਾ ਹੋ ਅਜੇ ਘਰ ਬੰਦ ਘਰੇ ਆਉਣਾ ਮੱਲਦਾ ਹੋ ਨਹੀਂ ਨਵਾਂ ਚੰਦਾ ਕੋਈ ਤੂੰ ਚੜਾਏਂਗੀ ਹੋ ਵਸਦੇ ਘਰਾਂ ਨੂੰ ਜਿੰਦਰੇ ਲਵਾਏਂਗੀ ਹੋ ਵਸਦੇ ਘਰਾਂ ਨੂੰ ਜਿੰਦੇ ਤੂੰ ਲਵਾਏਂਗੀ ਹੋ ਸਾਰਾ ਪਿੰਡ ਕਹਿੰਦਾ ਨੀ ਵੀਰੋ ਸਾਰੇ ਪਿੰਡ ਕਹਿੰਦਾ ਸਾਰਾ ਪਿੰਡ ਕਹਿੰਦਾ ਮੱਲ ਨਾਲ ਹੱਸਦੀ ਹੁਣ ਬਲ ਵੀਰੋ ਤੂੰ ਸਾਡੇ ਨੀ ਵਸਦੀ ਹੋ ਹੁਣ ਬਲ ਵੀਰੋ ਤੂੰ ਸਾਡੇ ਨੀ ਵਸਦੀ ਕਿਸੇ ਦਿਨ ਘਰ ਛੱਡ ਤੁਰ ਜਾਏਂਗੀ ਵਸਦੇ ਘਰਾਂ ਨੂੰ ਜਿੰਦੇ ਤੂੰ ਲਵਾਏਂਗੀ ਹੋ ਵਸਦੇ ਘਰਾਂ ਨੂੰ ਜਿੰਦਰੇ ਲਵਾਏਂਗੀ ਹੋ ਜਦੋਂ ਦੇਖ ਲੈਂਦਾ ਮੈਂ ਵੀਰੋ ਜਦੋਂ ਦੇਖ ਲੈਂਦਾ ਜਦੋਂ ਦੇਖ ਲੈਂਦਾ ਤੁਹਾਨੂੰ ਇਕੱਠੇ ਬੈਠਦੇ ਉਦੋਂ ਮੇਰੀ ਇੱਕ ਉੱਤੇ ਸੱਪ ਲੇਟਦੇ ਹੋ ਉਦੋਂ ਮੇਰੀ ਇੱਕ ਉੱਤੇ ਸੱਪ ਲੇਟਦੇ ਕਿਸੇ ਦਿਨ ਘਰ ਛੱਡ ਤੁਰ ਜਾਏਂਗੀ ਨੀ ਵਸਦੇ ਘਰਾਂ ਨੂੰ ਜਿੰਦਰੇ ਲਵਾਏਂਗੀ ਤੂੰ ਵਸਦੇ ਘਰਾਂ ਨੂੰ ਹਾਏ ਜਿੰਦਰੇ ਲਵਾਏਂਗੀ ਹੋ ਲੱਗ ਜਾਵੇ ਦਾਗ ਪੱਲੇ ਕੱਖ ਰਹਿੰਦਾ ਨਹੀਂ ਫੇਰ ਬੰਦਾ ਚਾਰ ਬੰਦਿਆਂ ਚ ਵਹਿੰਦਾ ਨਹੀਂ ਹੋ ਚੰਗਾ ਬੰਦਾ ਫੇਰ ਬੰਦਿਆਂ ਚ ਵਹਿੰਦਾ ਨਹੀਂ ਸਾਨੂੰ ਸੱਥ ਵਿੱਚ ਬੈਠਣੋਂ ਹਟਾਏਂਗੀ ਨੀ ਵਸਦੇ ਘਰਾਂ ਨੂੰ ਜਿੰਦਰੇ ਲਵਾਏਂਗੀ ਹੋ ਹਰ ਵਸਦੇ ਘਰਾਂ ਨੂੰ ਹੋ ਜਿੰਦਰੇ ਲਵਾਏਂਗੀ ਹੋ ਬੀਤ ਜੇ ਨਾ ਪਾਣਾ ਕੋਈ ਮੈਂ ਡਰਦਾ ਆਲਾ ਵੀਰੋ ਤੇਰੇ ਪੈਰੀ ਪੱਗ ਧਰਦਾ ਹੋ ਆਲਾ ਵੀਰੋ ਤੇਰੇ ਪੈਰੀ ਪੱਗ ਧਰਦਾ ਪੱਗ ਸਾਡੀ ਚਿੱਟੀ
ਦਾਗ ਤੂੰ ਲਗਾਏਂਗੀ ਨੀ ਵਸਦੇ ਘਰਾਂ ਨੂੰ ਜਿੰਦ ਲਵਾਏਂਗੀ ਹੋ ਵਸਦੇ ਘਰਾਂ ਨੂੰ ਜਿੰਦ ਲਵਾਏਂਗੀ ਉਹ ਬੇੜੀਆਂ ਚ ਪੈ ਵੀਰੋ ਵੱਟੇ ਜਾਣਗੇ ਤੇਰੇ ਪਿੱਛੇ ਤੈਨਾਂ ਘਰ ਵੱਟੇ ਜਾਣਗੇ ਹੋ ਤੇਰੇ ਪਿੱਛੇ ਤੈਨਾਂ ਘਰ ਵੱਟੇ ਜਾਣਗੇ ਉਹ ਗਲੀਆਂ ਚ ਕੱਖਾਂ ਵਾਂਗੂ ਨੀ ਗਲੀਆਂ ਦੇ ਕੱਖਾਂ ਵਾਂਗੂ ਉਹ ਗਲੀਆਂ ਚ ਕੱਖਾਂ ਵਾਂਗੂ ਰੁਲ ਜਾਏਂਗੀ ਹੋ ਵਸਦੇ ਘਰਾਂ ਨੂੰ ਜਿੰਦ ਲਵਾਏਂਗੀ ਹੋ ਵਸਦੇ ਘਰਾਂ ਨੂੰ ਜਿੰਦ ਲਵਾਏਂਗੀ ਇਹ ਕਰ ਤੂਤਾ ਨਿਬਿਰੋ ਆ ਕਰ ਤੂਤਾ ਇਹ ਕਰ ਤੂਤਾ ਆਲੀਆਂ ਨੀ ਜਾਣੀਆਂ ਸ਼ਮਲੇ ਦਾ ਪਾਲ ਲਿਖ ਤੂੰ ਕਹਾਣੀਆਂ ਹੋ ਸ਼ਮਲੇ ਦਾ ਪਾਲ ਲਿਖ ਤੂੰ ਕਹਾਣੀਆਂ ਮੇਰੇ ਤੋਂ ਸੱਡੇ ਜਾਂ ਉੱਤੇ ਨੀ ਜੱਠੇ ਤੋਂ ਸੱਡੇ ਜਾਂ ਉੱਤੇ ਹੋ ਮੇਰੇ ਤੋਂ ਸੱਡੇ ਜਾਂ ਉੱਤੇ ਤੂੰ ਗਵਾਏਂਗੀ ਵਸਦੇ ਘਰਾਂ ਨੂੰ ਜਿੰਦ ਲਵਾਏਂਗੀ ਹੋ ਵਸਦੇ ਘਰਾਂ ਨੂੰ ਜਿੰਦ ਲਵਾਏਂਗੀ ਹਰੇਕ ਹੀਲਾ ਵਰਤ ਕੇ ਦੇਖ ਲਿਆ ਜੀ ਵੀਰੋ ਲੈਣ ਤੇ ਨਾਈ ਬਾਬਾ ਫਿਰ ਨਰਾਇਣ ਸਿੰਘ ਨੇ ਸੋਚਿਆ ਵੀ ਮਨਾ ਪਿੰਡ ਦੇ ਵਿੱਚ ਗੱਲਾਂ ਹੋਣ ਲੱਗ ਗਈਆਂ ਪਿੰਡ ਦੇ ਵਿੱਚ ਕੀ ਗੱਲਾਂ ਹੋਣ ਲੱਗ ਗਈਆਂ ਟਿੱਚਰਾਂ ਕਰਨ ਲੱਗ ਗਏ ਲੋਕ ਜਿੱਥੇ ਜਿੱਥੇ ਨਰਾਇਣਾ ਜਾਵੇ ਉਈ ਕਰਨ ਲੱਗ ਗਿਆ ਕਰਨ ਇੱਕ ਦੂਜੇ ਨੂੰ ਉਹ ਦੇਖਿਆ ਸੀ ਫਿਰ ਕਬੂਤਰੀ ਕਿੱਧਰ ਉੱਡ ਜਾਂਦੀ ਸੀ ਕੱਲ ਹੋਏ ਇੱਕ ਦੂਜੇ ਨੂੰ ਉਈ ਨਰਾਇਣ ਨੂੰ ਵਿਚਾਰ ਨੂੰ ਬਾਹਰ ਨਿਕਲਣਾ ਔਖਾ ਕਰਤਾ ਲੋਕਾਂ ਨੇ ਘਰੇ ਖੂਹ ਤੇ ਚਲਿਆ ਜਾਇਆ ਕਰੇ ਘਰੋਂ ਸਵੇਰੇ ਸੁਨੇਹਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਖੂਹ ਤੇ ਚਲਿਆ ਜਾਇਆ ਕਰੇ ਜਿਹਨੂੰ ਕੰਮ ਕਾਰ ਕਿਹੜਾ ਪਿਆ ਰਿਹਾ ਕਰੇ ਵਿਚਾਰਾ ਜਦੋਂ ਹਨੇਰਾ ਹੋ ਜਾਇਆ ਕਰੇ ਮੂੰਹ ਹਨੇਰਾ ਫਿਰ ਆ ਕੇ ਘਰੇ ਵੜਿਆ ਕਰੇ ਨਰਾਇਣੇ ਦਾ ਬੁਰਾ ਹਾਲ ਹੋ ਗਿਆ ਫਿਰ ਸੋਚਿਆ ਵੀ ਮਨਾ ਜਦੋਂ ਜੂਨ ਇੰਨੀ ਮਾੜੀ ਹੋ ਗਈ ਆਪਣੀ ਔਰਤ ਆਪਣੀ ਘਰ ਵਾਲੀ ਵੈਸੇ ਅਰਧੰਗੀ ਵੀ ਲਿਖਿਆ ਬੰਦੇ ਦਾ ਜਿਹੜੇ ਘਰ ਦੇ ਵਿੱਚ ਔਰਤ ਨਾਲ ਪਿਆਰ ਹੈ ਉਹ ਘਰ ਹੀ ਸਵਰਗ ਹੈ ਕਿਤੇ ਬਾਹਰ ਦੇਖਣ ਦੀ ਲੋੜ ਨਹੀਂ ਜਿੱਥੇ ਕੁੱਤ ਕਲੇਸ਼ ਹੋਵੇ ਉੱਥੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਉੱਥੇ ਨਰਕ ਹੈ ਨਰਕ ਸਵਰਗ ਨੇ ਜਿਹੜੇ ਪਤੀ ਤੇ ਪਤਨੀ ਦਾ ਔਰਤ ਦੇ ਨਾਲ ਜੇ ਮੇਲ ਹੈ ਉਹ ਸਵਰਗ ਹੈ ਜੇ ਮੇਲ ਹੈ ਨਹੀਂ ਨਰਕ ਹੈ ਇੰਨਾ ਇੰਨਾ ਫਰਕ ਹੈ ਹੁਣ ਜਿੱਥੇ ਪਤਨੀ ਸਾਰੀਆਂ ਹੱਦਾਂ ਹੀ ਟੱਪ ਜੇ ਉਹ ਨਰਕ ਤੋਂ ਵੀ ਭੈਣ ਹੈ ਨਰਾਇਣੇ ਨੂੰ ਨਰਕ ਤੋਂ ਭੈੜੀ ਲੱਗਣ ਲੱਗ ਗਈ ਜ਼ਿੰਦਗੀ ਆਪਣੀ ਫਿਰ ਸੋਚਿਆ ਨਰਾਇਣੇ ਨੇ ਸੋਚਿਆ ਇੱਕ ਦਿਨ ਬਾਬਾ ਕਹਿੰਦਾ ਵੀ ਮਿੱਤਰਾ ਬਾਹਰ ਜਾ ਨਹੀਂ ਸਕਦੇ ਸਮਾਜ ਦੇ ਵਿੱਚ ਘਟੀਆ ਸਮਝਣ ਲੱਗ ਪਏ ਲੋਕ ਬੰਦਾ ਹੀਣਤਾ ਦੀ ਭਾਵਨਾ ਦੇ ਵਿੱਚ ਖੁਦ ਵੀ ਆ ਜਾਂਦਾ ਹੈ ਨਰਾਇਣੇ ਨੇ ਇੱਕ ਦਿਨ ਸੋਚਿਆ ਵੀ ਮਨਾ ਹੁਣ ਖਤਮ ਕਰ ਲਿਆ ਆਪਣੇ ਆਪ ਨੂੰ ਖੁਦਕੁਸ਼ੀ ਕਰੀਏ ਪਰ ਨਿਮੇੜੀਏ ਫਾਹਾ ਲੈ ਕੇ ਮਰਜੀ ਹੈ ਦੁਖੀ ਹੋਇਆ ਹੋਇਆ ਫਾਹਾ ਲੈਣ ਲੱਗਿਆ ਫਿਰ ਜਦੋਂ ਫਾਹਾ ਲੈਣ ਲੱਗਿਆ ਆਪਦੇ ਭਰਾ ਦੀ ਯਾਦ ਆ ਗਈ ਆਪਦੇ ਭਰਾ ਦੀ ਯਾਦ ਆ ਗਈ ਨਰਾਇਣੇ ਦੇ ਨਾ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਅੱਖਾਂ 'ਚੋਂ ਹੰਝੂ ਆ ਗਿਆ ਆਪਣੇ ਭਰਾ ਨੂੰ ਯਾਦ ਕਰਕੇ ਉਹ ਕਹਿੰਦਾ ਮਨਾ ਤੂੰ ਤਾਂ ਮਰ ਗਿਆ ਆਪ ਤਾਂ ਦੁੱਖ ਢਿੱਡ ਦੇ ਵਿੱਚ ਲੈ ਕੇ
ਆਪਣੇ ਬਾਈ ਨੂੰ ਨਾਂ ਦੱਸਿਆ ਸੁੱਚਾ ਸਿੰਘ ਨੂੰ। ਉਹ ਸਾਰੀ ਉਮਰ ਇਸ ਦੁੱਖੋਂ ਤੜਫੀ ਜਾਊ ਵੀ ਮੇਰੇ ਭਰਾ ਨੂੰ ਪਤਾ ਨਹੀਂ ਕੀ ਹੋਇਆ ਸੀ, ਮੇਰੀ ਮੌਤ ਤੋਂ ਬਾਅਦ ਮੈਂ ਕਿਹੜਾ ਕੇ ਦੇਖਣਾ ਵੀ ਕੀ ਬਣੋ ਕੀ ਨਹੀਂ ਬਣੋ, ਵੀਰੋ ਦਾ ਕੀ ਬਣੋ, ਕੁੱਕਰ ਦਾ ਕੀ ਬਣੋ, ਸੁੱਚੇ ਦਾ ਕੀ ਬਣੋ। ਪਰ ਜੇ ਮੈਂ ਨਾ ਬਿਨਾਂ ਆਪ ਦਾ ਦੁੱਖ ਦੱਸੇ ਬਿਨਾਂ ਭਰਾ ਨੂੰ ਮਰ ਗਿਆ, ਭਰਾ ਦੇ ਦਿਲ 'ਤੇ ਸਾਰੀ ਉਮਰ ਬੋਝ ਰਹੋ, ਖੁਦਕੁਸ਼ੀ ਕਰਾਂਗੇ ਜ਼ਰੂਰ, ਮਰਾਂਗੇ ਤਾਂ ਸਹੀ ਲਾਜ਼ਮੀ, ਪਰ ਇੱਕ ਵਾਰੀ ਸੁੱਚਾ ਸੋ ਸੂਰਮੇ ਨੂੰ ਦੱਸਦੀ ਹੈ ਸਾਰੀ ਦਰਦ ਕਹਾਣੀ। ਦਰਦ ਕਹਾਣੀ ਕਿਵੇਂ ਦੱਸਦਾ ਬਾਬਾ? ਇੱਕ ਦਿਨ ਕਾਗਜ਼ 'ਤੇ ਕਲਮ ਲੈ ਕੇ ਬਹਿ ਗਿਆ ਸੁੱਚਾ ਸਿੰਘ, ਸੂਰਮੇ ਨੂੰ ਚਿੱਠੀ ਲਿਖਦਾ ਚਿੱਠੀ, ਪਰ ਉਹ ਚਿੱਠੀ ਨਹੀਂ ਸੀ, ਉਹ ਆਪਣੀ ਦਰਦ ਕਹਾਣੀ ਨੂੰ, ਜੋ ਹੱਡ ਬੀਤੀ ਜੋ ਉਹਦੇ ਨਾਲ ਬੀਤ ਰਹੀ ਸੀ, ਇੱਕ ਕਾਗਜ਼ 'ਤੇ ਕਲਮ ਲੈ ਕੇ ਨਾ ਖੂਨ ਦੇ ਅੱਖਰਾਂ ਨਾਲ ਆਪਣੇ ਖੂਨ ਦੀ ਸ਼ਾਹੀ ਬਣਾ ਕੇ ਜਿਗਰ ਦਾ ਦਿਲ ਦਾ ਦਰਦ ਨਚੋੜ ਕੇ ਉਹ ਚਿੱਠੀ ਦੇ ਵਿੱਚ ਨਕਸ਼ਾ ਲਾਉਂਦਾ, ਇੱਕ ਲਿਖਦਾ ਕੀ ਲਿਖਦਾ, ਕਹਿੰਦਾ ਭਰਾਵਾ ਜੇ ਤੂੰ ਨਾ ਆਇਆ ਮੇਰੀ ਜ਼ਿੰਦਗੀ ਖਤਮ ਹੈ, ਮੰਨਿਆ ਤੂੰ ਬਾਰਡਰਾਂ ਦੀ ਰਾਖੀ ਕਰਦਾ, ਦੇਸ਼ ਦੇ ਬਾਰਡਰਾਂ ਦੀ ਰਾਖੀ ਕਰਦਾ, ਪਰ ਵੀਰਾ ਜਿਹੜੇ ਦੇਸ਼ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਜਿਹੜੇ ਘਰ ਦੇ ਵਿੱਚ ਅਸੀਂ ਰਹਿੰਦੇ ਹਾਂ ਉਹ ਘਰੇ ਰਹਿਣਾ ਮਹਾਲ ਹੋਇਆ ਪਿਆ ਮੈਨੂੰ, ਬਾਰਡਰਾਂ ਦੀ ਰਾਖੀ ਫੇਰ ਕਰ ਲਈ, ਮੈਂ ਤੈਨੂੰ ਰੋਕਦਾ ਨਹੀਂ, ਚਲਿਆ ਜਾਈ ਪਹਿਲਾਂ ਆ ਕੇ ਆਪਣੇ ਘਰ ਨੂੰ ਸੰਭਾਲ ਲੈ। ਸਾਰੀ ਦਰਦ ਕਹਾਣੀ ਵੀਰੋ ਦੇ ਲੱਛਣ ਕੀ ਬੀਤਦਾ ਸੀਗਾ ਨਰੈਣੇ ਦੇ ਨਾਲ, ਸੁੱਚਾ ਸਿੰਘ ਸੂਰਮੇ ਨੂੰ ਇੱਕ ਚਿੱਠੀ ਲਿਖ ਕੇ ਉਹ ਗੱਲਾਂ ਬਾਰੇ ਉਹ ਮੌਕੇ ਦੇ ਹਾਲਾਤਾਂ ਬਾਰੇ ਜਾਣੂ ਕਰਵਾਉਂਦਾ ਨਰੈਣਾ। ਲੈ ਦੱਸ ਬਾਬਾ ਸ਼ਮਲਾ ਸਾਹਿਬ ਨੇ ਕੀ ਲਿਖਿਆ, ਚਿੱਠੀ ਕੀ ਕਹਿੰਦੀ ਹੈ? ਚਿੱਠੀ ਲੈ ਸਿੰਘ ਵੀਰ ਨੂੰ, ਉਹ ਕਹਿੰਦਾ ਅੱਖਾਂ ਵਿੱਚੋਂ ਸਿੱਟ ਸਿੱਟ ਨੀਰ ਨੂੰ, ਕਹਿੰਦਾ ਅੱਖਾਂ ਵਿੱਚੋਂ ਸਿੱਟ ਸਿੱਟ ਨੀਰ ਨੂੰ, ਤੇਰੇ ਬਾਜ ਨਾ ਬਣਾਵੇ ਕੋਈ ਧੀਰ ਨੂੰ, ਅਰੇ ਹਜੱਕ ਤੇ ਜੇ ਹੁਣ ਦਾ ਨਾ ਹੱਜ ਸੁੱਚਿਆ ਤੇਰੀ ਮੱਲ ਨੇ, ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ ਤੇਰੀ ਮੱਲ ਨੇ, ਤਿੰਨ ਜਾਣਿਆ ਸਕੀਮ ਇਹ ਬਣਾਈ ਸੀ, ਹੋ ਤਿੰਨ ਜਾਣਿਆ ਸਕੀਮ ਇਹ ਬਣਾਈ ਸੀ, ਹੋਣੀ ਬਰਤੀ ਨਾ ਗਈ ਬਰਤਾਈ ਸੀ, ਹੋਣੀ ਬਰਤੀ ਨਾ ਗਈ ਬਰਤਾਈ ਸੀ, ਤਾਂ ਹੀ ਫੌਜ ਦੀ ਲਲਕ ਤੈਨੂੰ ਲਾਈ ਸੀ, ਜਾਏ ਮੇਨਾ ਹਰਾਮੀ ਲਾ ਕੇ ਪੱਜ ਸੁੱਚਿਆ ਸਾਡੀ ਮੱਲ ਨੇ, ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ ਤੇਰੀ ਮੱਲ ਨੇ, ਆਉਂਦਾ ਚੋਰ ਛੁੱਪੇ ਭਾਗ ਵੀਰ ਕੋਲ ਸੀ, ਉਹ ਤਾਂ ਕਰਦਾ ਪਚੋਲੇ ਵਾਲਾ ਰੋਲ ਸੀ, ਉਹ ਤਾਂ ਕਰਦਾ ਪਚੋਲੇ ਵਾਲਾ ਰੋਲ ਸੀ, ਭਾਬੀ ਤੇਰੀ ਵੀ ਨਾ ਇੰਨੀ ਅਣਭੋਲ ਸੀ, ਜਿਹੜੀ ਭਾਗ ਦੇ ਜੋ ਪਿੱਛੇ ਗਈ ਲੱਗ ਸੁੱਚਿਆ ਤੇਰੀ ਮੱਲ ਨੇ, ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ ਤੇਰੀ ਮੱਲ ਨੇ, ਡਾਕੇ ਸਿਖਰ ਦੁਪਹਿਰੇ ਪੈਣ ਲੱਗ ਪਏ, ਉਹ ਮੇਰੇ ਸਾਹਮਣੇ ਹੀ ਇਕੱਠੇ ਪੈਣ ਲੱਗ ਪਏ, ਉਹ ਮੇਰੇ ਸਾਹਮਣੇ ਹੀ ਇਕੱਠੇ ਪੈਣ ਲੱਗ ਪਏ, ਲੋਕੀ ਮੈਨੂੰ ਵੀ ਕੰਜਰ ਕਹਿਣ ਲੱਗ ਪਏ, ਉਹ ਕਦੇ ਬਖਸ਼ੇ ਲਚਾਰ ਨੂੰ ਨਾ ਜੱਗ ਸੁੱਚਿਆ ਤੇਰੀ ਮੱਲ ਨੇ, ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ ਸਾਡੀ ਮੱਲ ਨੇ, ਜਦੋਂ ਮੱਲ ਨੂੰ ਮੈਂ ਰੋਕਣਾ ਸੀ ਚਾਹਿਆ ਉਹਨੇ ਬੱਕਰੇ ਦੇ ਵਾਂਗ ਮੈਨੂੰ ਢਾਲਿਆ, ਉਹਨੇ ਬੱਕਰੇ ਦੇ ਵਾਂਗ ਮੈਨੂੰ ਢਾਲਿਆ, ਠੁੱਡਾ ਮਾਰ ਕੇ ਹਰਖ ਸਾਰਾ ਲਾ ਲਿਆ, ਪਿਆ ਸੁੱਜਿਆ ਸਰੀਰ ਸੱਟਾ ਬੱਜ ਸੁੱਜਿਆ ਤੇਰੀ ਮੱਲ ਨੇ, ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਜਿਆ ਤੇਰੀ ਮੱਲ ਨੇ, ਮੱਲ ਮਾਰਦਾ ਡਰਾਬੇ ਮੁੱਛਾਂ ਚਾੜ ਕੇ ਉਹ ਕਹਿੰਦਾ ਬੋਲਿਆ ਜੇ ਸਾਲਿਆਂ ਗਰਾੜ ਕੇ, ਕਹਿੰਦਾ ਬੋਲਿਆ ਜੇ ਸਾਲਿਆਂ ਗਰਾੜ ਕੇ,
ਜੱਟ ਰੱਖ ਤੂੰ ਬਚਾ ਲੋ ਤੈਨੂੰ ਪਾੜ ਕੇ ਉਹ ਲੈਂਦੇ ਦਿਨੇ ਹੀ ਸ਼ਰਾਬ ਨਾਲ ਰੱਜ ਸੁੱਚਿਆ ਸਾਡੀ ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ ਤੇਰੀ ਮੱਲ ਨੇ ਉਹ ਰਾਖੀ ਬਾਡਰਾਂ ਦੀ ਫੇਰ ਕਰੀ ਹੀਰਿਆ ਪਹਿਲਾਂ ਘਰ ਨੂੰ ਸੰਭਾਲ ਆ ਕੇ ਵੀਰਿਆ ਪਹਿਲਾਂ ਘਰ ਨੂੰ ਸੰਭਾਲ ਆ ਕੇ ਹੀਰਿਆ ਜਿੰਨਾ ਬੈਰੀਆਂ ਨੇ ਦਿਲ ਮੇਰਾ ਚੀਰਿਆ ਆ ਕੇ ਉਹਨਾਂ ਨੂੰ ਲਗਾ ਦੇ ਛੇਤੀ ਅੱਗ ਸੁੱਚਿਆ ਤੇਰੀ ਮੱਲ ਨੇ ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ ਤੇਰੀ ਮੱਲ ਨੇ ਪਾਲ ਸ਼ਮਲੇ ਜੇ ਕਰ ਦਿੱਤੀ ਦੇਰ ਤੂੰ ਪਾਲ ਸ਼ਮਲੇ ਜੇ ਕਰ ਦਿੱਤੀ ਦੇਰ ਤੂੰ ਮੇਰੀ ਲਾਸ਼ ਨੂੰ ਕਲੇ ਜੇਲਾ ਲਈ ਫੇਰ ਤੂੰ ਮੇਰੀ ਲਾਸ਼ ਨੂੰ ਕਲੇ ਜੇਲਾ ਲਈ ਫੇਰ ਤੂੰ ਮੇਰੇ ਰੋਈ ਜਾਈ ਸੰਜ ਤੇ ਸਵੇਰ ਤੂੰ ਪੱਗ ਚੱਠੇ ਦੇ ਦੀਵਾਰਾਂ ਨਾਲ ਲੱਗ ਸੁੱਚਿਆ ਸਾਡੀ ਮੱਲ ਨੇ ਮੱਲ ਨੇ ਤਾਂ ਰੋਲ ਦਿੱਤੀ ਪੱਗ ਸੁੱਚਿਆ ਤੇਰੀ ਮੱਲ ਨੇ ਕੁੱਕਰ ਮੱਲ ਤੇ ਬੀਰੋ ਭਾਬੀ ਨਾ ਹਿੰਦੀ ਸਮਝ ਰਹੇ ਨਾ ਸਮਝਣ ਠੇਠ ਪੰਜਾਬੀ ਇੱਕ ਭਾਸ਼ਾ ਬਾਕੀ ਐ ਜਿਹੜੀ ਸਮਝ ਲਾਜ਼ਮੀ ਆਊ ਬੇਅਕਲ ਆਸ਼ਕਾਂ ਨੂੰ ਜੱਟਦੀ ਰਾਈਫਲ ਹੀ ਸਮਝਾਊ ਹਰ ਹੀਲਾ ਵਰਤ ਲਿਆ ਵੀਰੋ ਨਹੀਂ ਲੈਣ ਤੇ ਆਈ ਹੈ ਮਾੜੀ ਖੋਦੀ ਤੋਂ ਵਿਗੜੀ ਤੀਵੀ ਦੀ ਅੜਵਾਈ ਨਾ ਮੋੜੀ ਮੁੜਦੀ ਹੈ ਉਹ ਮੁੜਕੁੜ ਬੋੜ ਹੇਠ ਨੂੰ ਜਾਊ ਬੇਅਕਲ ਆਸ਼ਕਾਂ ਨੂੰ ਹੁਣ ਜੱਟਦੀ ਰਾਈਫਲ ਹੀ ਸਮਝਾਊ ਘਰ ਜਾ ਕੇ ਕੁੱਕਰ ਦੇ ਮੈਂ ਤਰਲੇ ਇੱਕ ਦੀ ਲੱਖਾ ਪਾਲੇ ਐ ਘਟੀਆ ਬੰਦੇ ਦੇ ਮੈਂ ਤਾਂ ਪੈਰੀ ਵੀ ਹੱਥ ਲਾਲੇ ਪਰ ਹੁਣ ਕਮੀਨੇ ਜੋ ਮੁੜ ਕੇ ਕਦ ਬਣਦੇ ਨੇ ਸਾਊ ਬੇਅਕਲ ਆਸ਼ਕਾਂ ਨੂੰ ਹੁਣ ਜੱਟਦੀ ਰਾਈਫਲ ਹੀ ਸਮਝਾਊ ਜੋ ਮਾਪੇ ਕੁੱਕਰ ਦੇ ਮੈਨੂੰ ਲੈ ਬੁੱਕਲ ਵਿੱਚ ਰੋਏ ਕਰ ਦਿੱਤੇ ਪਹਿਲੀ ਨੇ ਮਰਿਆ ਵਰਗੇ ਬਦਨ ਨੇ ਰੋਏ ਇਹ ਸਦਮਾ ਭਾਰੀ ਐ ਉਹ ਕਹਿੰਦੇ ਸਦਮਾ ਭਾਰੀ ਐ ਉਹ ਪੁੱਤ ਸਾਨੂੰ ਜਿਉਂਦੇ ਮਾਰ ਮਕਾਊ ਬੇਅਕਲ ਆਸ਼ਕਾਂ ਨੂੰ ਹੁਣ ਜੱਟਦੀ ਰਾਈਫਲ ਹੀ ਸਮਝਾਊ ਹੁਣ ਵੀਰ ਨਰੈਣ ਸਿਆ ਬਣ ਕੇ ਅਸਲੀ ਸਿੰਘ ਦਿਖਾ ਦੇ ਦੇ ਥਾਪੀ ਸੁੱਚੇ ਨੂੰ ਹੱਥੀ ਚੁੰਮ ਕੇ ਰਾਈਫਲ ਫੜਾ ਦੇ ਫਿਰ ਜੰਗ ਮਦਾਨੇ ਯਾ ਮੇਰਾ ਦਿਲ ਨਾ ਡੋਲਾ ਖਾਊ ਬੇਅਕਲ ਆਸ਼ਕਾਂ ਨੂੰ ਹੁਣ ਜੱਟਦੀ ਰਾਈਫਲ ਹੀ ਸਮਝਾਊ ਪਾਤਲਾ ਕਰਤ ਦਾ ਹਾਤਾ ਵੀਰੇ ਤੋਂ ਕਰਵਾਲੀ ਕਰਨੀ ਵੀ ਰੱਖੀ ਸੀ ਜੱਟ ਨੇ ਮੁੜ ਕੇ ਮੁੱਛ ਚੜਾ ਲਈ ਦੇਖੀ ਹਰਪਾਲ ਸਿਆ ਟਾਕੀ ਯੱਦ ਅੰਬਰ ਨੂੰ ਲਾਊ ਅਕਲੀ ਆਸ਼ਕਾਂ ਨੂੰ ਜੱਟ ਦੀ ਰਾਈਫਲ ਹੀ ਸਮਝਾਊ ਬੇਅਕਲ ਆਸ਼ਕਾਂ ਨੂੰ ਜੱਟ ਦੀ ਰਾਈਫਲ ਹੀ ਸਮਝਾਊ ਕਹਿੰਦਾ ਵੀ ਮਿੱਤਰਾ ਆਮ ਭਾਸ਼ਾ ਬਾਕੀ ਰਹਿ ਗਈ ਹੁਣ
ਲੈ ਬਾਬਾ ਆਪਣੇ ਲਵੇ ਨਾ ਬਸ ਟਾਈਮ ਹੁਣ ਪੂਰਾ ਪੂਰਾ ਹੀ ਹੈ ਆਪਾਂ ਕਵਿਤਾ ਨਾ ਕਰਕੇ ਸੋਰੀ ਗੱਲਾਂ ਨਾ ਕਰਕੇ ਇੱਕ ਦੋ ਕਵਿਤਾਵਾਂ ਲਵਾ ਦਈਏ ਇਹਨਾਂ ਨੇ ਹਟਣਾ ਨਹੀਂ ਮੈਨੂੰ ਪਤਾ ਹੈ ਉਹ ਨਾ ਪੱਟ ਤੇ ਮੋਰਨੀ ਲਾਜ਼ਮੀ ਸੁਣਨਗੇ ਆਹ ਸੁਣਾਵਾਂਗੇ ਉਹ ਪਹਿਲਾਂ ਇਹਦੀ ਦੱਦ ਵੱਢਦਾ ਫੜ ਜਾ ਹੁਣ ਚੱਕ ਲਈ ਰਫਲ ਰਫਲ ਚੱਕ ਲਈ ਚੱਕ ਕੇ ਰਫਲ ਖਾੜੇ 'ਚ ਆ ਗਿਆ ਖਾੜੇ 'ਚ ਆ ਕੇ ਜਦੋਂ ਰਫਲ ਵਾਲਾ ਬੰਦਾ ਦੇਖਿਆ ਰਫਲ ਵਾਲਾ ਤੁਰਿਆ ਆਉਂਦਾ ਦੇਖਿਆ ਪਹਿਲਾਂ ਤਾਂ ਉਹਨੂੰ ਆਏ ਸੀ ਉਹਨੇ ਆਖਿਆ ਵੀ ਹਰਖ ਗਈ ਅੱਜ ਤਾਂ ਨਹੀਂ ਲੋਟ ਆਉਂਦਾ ਕੰਮ ਬਾਬਾ ਖਾੜੇ ਦੇ ਵਿੱਚ ਨਾ ਪਹਿਲਾਂ ਆ ਕੇ ਉਹਨੇ ਅਸਮਾਨੀ ਫੈਰ ਕਰਤਾ ਜਿਹੜੇ ਵਿਚਾਰੇ ਉਹ ਮੇਲਾ ਦੇਖਣ ਵਾਲੇ ਸੀਗੇ ਮੇਰੇ ਤੇਰੇ ਅਰਗੇ ਭੱਜ ਲਏ ਕਿਸੇ ਦੀ ਜੁੱਤੀ ਨਿਕਲ ਗਈ ਕਿਸੇ ਦੀ ਕਿਸੇ ਦਾ ਚਾਦਰਾ ਖੁੱਲ ਗਿਆ ਭੱਜਣਾ ਪੈ ਗਿਆ ਜਦੋਂ ਨਾ ਸੁੱਚਾ ਸਿੰਘ ਸੂਰਮੇ ਨੇ ਖਾੜੇ ਦੇ ਵਿੱਚ ਆ ਕੇ ਗਾਉਣ ਤਾਂ ਹੋ ਗਿਆ ਬੰਦ ਕੁੱਕਰ ਕੁੱਕਰ ਨੂੰ ਕਹਿੰਦਾ ਵੀ ਕਮੀਨਿਆਂ ਪੱਗ ਵਟਾ ਕੇ ਆਹ ਰੰਗ ਦਿਖਾਈਦੇ ਨੇ ਕਲਗੀਧਰ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਪੱਗਾਂ ਵਟਾਈਆਂ ਸੀਗੀਆਂ ਉਹਨੇ ਸਾਨੂੰ ਪੱਗ ਬਖਸ਼ੀ ਉਹ ਪੱਗ ਬਦਲਾ ਕੇ ਤੂੰ ਆਹ ਮੁੱਲ ਪਾਇਆ ਮੇਰੇ ਪਿਆਰ ਦਾ ਮੇਰਾ ਤੇਰੇ 'ਤੇ ਕੀਤੇ ਐਤਵਾਰ ਦਾ ਹੱਥ ਜੇ ਬੰਨਣ ਲੱਗ ਗਿਆ ਕਹਿੰਦੇ ਐਂ ਕੰਬੇ ਜਿਵੇਂ ਝੜੀ ਜੀ ਲੱਗੀ ਤੋਂ ਬੱਕਰੀ ਲੱਗੀਆਂ ਹੁੰਦੀਆਂ ਜੇ ਕਰਨ ਸੁੱਚਾ ਸਿੰਘ ਕਹਿੰਦਾ ਵੀ ਹੁਣ ਵੇਲਾ ਲੰਘ ਗਿਆ ਮੈਂ ਫੌਜ 'ਚੋਂ ਆ ਕੇ ਸੋਚਿਆ ਸੀਗਾ ਵੀ ਇਸ ਮਸਲੇ ਨੂੰ ਠੀਕ ਕਰ ਲਈਏ ਗਲਤੀਆਂ ਇਨਸਾਨ ਤੋਂ ਹੋ ਜਾਂਦੀਆਂ ਨੇ ਜੇ ਗਲਤੀ ਹੁੰਦੀ ਨਾ ਮੈਂ ਮਾਫ਼ ਕਰ ਵੀ ਦਿੰਦਾ ਪਰ ਹੁਣ ਇਹ ਗਲਤੀ ਨਹੀਂ ਰਹੀ ਤੇਰੇ ਅਪਰਾਧ ਦੀ ਸਜ਼ਾ ਵੈਰੀ ਆ ਮੌਤ ਹੈ ਤਿਆਰ ਹੋ ਤੈਨੂੰ ਗਹਾਲੀ ਗੱਡੀ ਚਾੜਾਂ ਗਹਾਲੀ ਗੱਡੀ ਚਾੜਾਂ ਤੈਨੂੰ ਹੱਥ 'ਚ ਲੱਗਿਆ ਬੰਨਣ ਬਾਬਾ ਕੁੱਕਰ ਠੋਕਤਾ ਪਹਿਲਾਂ ਮਾਰ ਕੇ ਗੋਲੀ ਨਵੇੜਤਾ ਕੰਮ ਇਹਦਾ ਤਾਂ ਬਾਕੀ ਤੁਹਾਨੂੰ ਆਹ ਕਵਿਤਾ ਸੁਣਾਵਾਂਗੇ ਇਹਦੇ ਵਿੱਚ ਵੀ ਮਾਰਾਂਗੇ ਗਾ ਕੇ ਮਾਰਾਂਗੇ ਜਮਾਂ ਜਿਹਨਾਂ ਜੀ ਉਹਨੇ ਕਰਤੂਤਾਂ ਕਰੀਆਂ ਸੀਗੀਆਂ ਜਦੋਂ ਕਹਿੰਦੇ ਕੁੱਕਰ ਦੇ ਮਾਰੀ ਗੋਲੀ ਕੁੱਕਰ ਮਾਰਤਾ ਬਾਬਾ ਜਿਹੜਾ ਭਾਗਤੀ ਉਹਨੇ ਸੋਚਿਆ ਵੀ ਮਲਾ ਇਹ ਤਾਂ ਗਲਤ ਹੋ ਗਿਆ ਕੰਮ ਇਹਦਾ ਬੰਦੇ ਮਾਰਨ ਲੱਗ ਗਿਆ ਹੁਣ ਵਾਰੀ ਆਪਣੀ ਆਊ ਪੈ ਲਿਆ ਠੋਰੀਏ ਭੱਜ ਲਿਆ ਜੀ ਭੱਜਣਾ ਹੀ ਹੁੰਦਾ ਹਾਂ ਭੱਜਣਾ ਹੁੰਦਾ ਇਹੋ ਜਿਹੇ ਨੇ ਜਦੋਂ ਭੱਜਣ ਲੱਗਿਆ ਐਂ ਉਹ ਟਰੈਂਡ ਜਿੰਨੇ ਦੂਰ ਪਾ ਗਿਆ ਸੋਚੇ ਨੇ ਸੋਚਿਆ ਵੀ ਉਹ ਲੰਘ ਗਿਆ ਕਹਿੰਦਾ ਭਾਗ ਸਿਆ ਕਹਿੰਦਾ ਹਾਂ ਬਾਈ ਕਹਿੰਦਾ ਆ ਜਾ ਵਿਚੋਲਾ ਤੂੰ ਨਹੀਂ ਸੀ ਉਹ ਕਹਿੰਦਾ ਕਾਹਨੂੰ ਬਾਈ ਯਾਰ ਮੇਰੇ ਤਾਂ ਉਹੀ ਹੋ ਗਈ ਗੱਲ ਕਹਿੰਦਾ ਐਂ ਨਹੀਂ ਮੈਨੂੰ ਸਾਰਾ ਕੁਛ ਪਤਾ ਹੈ ਵਿਚੋਲਾ ਸੀਗਾ ਤੂੰ ਤੇਰੇ ਵਾਸਤੇ ਵੀ ਫੌਜ 'ਚੋਂ ਸ਼ਾਂਪ ਕਰਾ ਕੇ ਲਿਆਇਆ ਮੈਂ ਤੈਨੂੰ ਵੀ ਪਾਉ ਹੁਣ ਬਾਬਾ ਭਾਗ ਦੇ ਸ਼ਾਂਪ ਕਿਵੇਂ ਪਾਉਂਦਾ ਕੁੱਕਰ ਦਾ ਧੁਰਦੀ ਗੱਡੀ ਚਾੜਨ ਵਾਲਾ ਟਿਕਟ ਕਿਵੇਂ ਕੱਢਦਾ ਤੇ ਗਾਹਾਂ ਜਾ ਕੇ ਬੀਰੋ ਵਾਲਾ ਕੰਮ ਕਿਵੇਂ ਨਿਬੇੜਦਾ ਇਹ ਗੱਲਾਂ ਬਾਤਾਂ ਸਾਰੀਆਂ ਲੈ ਆ ਐਸੇ ਕਵਿਤਾ ਦੇ ਵਿੱਚ ਆਉਣਗੀਆਂ ਸੁੱਚਾ ਸਿੰਘ ਸੂਰਮੇ ਦੇ ਇਤਿਹਾਸ ਦੀ ਆ ਹੁਣ ਵਾਲੇ ਪਾਠ ਦੀ ਆਖਰੀ ਕਵਿਤਾ ਇਹ ਲੈ ਬਾਬਾ ਦਸ ਅਖਾੜੇ ਦੇ ਵਿੱਚ ਜਾ ਕੇ ਸੁੱਚਾ ਸਿੰਘ ਸੂਰਮਾ ਲੈ ਕੇ ਰਫਲ ਕੁੱਕਰ ਬੇਈਮਾਨ ਨੂੰ ਕੁੱਕਰ ਗਦਾਰ ਨੂੰ ਤੇ ਉਹਦੇ ਝੋਲੀ ਚੱਕ ਭਾਗ ਨੂੰ ਉਹਨਾਂ ਨੂੰ ਗੱਡੀ ਚਾੜ ਕੇ ਧੁਰਦਾ ਟਿਕਟ ਕਿਵੇਂ ਕੱਟ ਕੇ ਭੇਜ ਦਸ ਕੀ ਲਿਖੇ ਹਾਂ ਖਿੱਚ ਗਏ ਹੋਣੀ ਵਿੱਚ ਸੱਜ ਦੇ ਭਾਗੀਆਂ ਤੇ ਮੱਲ ਨੂੰ ਬੜਾ ਸਮਝ ਆਏ ਪੈਰ ਕਾਹ ਨੂੰ ਹੱਟ ਦੇ ਉਹ ਬਤਾਉਣ ਗੱਲ ਨੂੰ
ਬੜਾ ਸਮਝ ਆਏ ਬਾਰਕਾ ਨੂੰ ਹੱਥ ਦੇ ਉਹ ਬਦਾਣੋ ਗੱਲ ਨੂੰ ਸੱਥ ਦੇ ਬਚਾਲੇ ਤਾਂ ਹੀ ਲਾਸ਼ਾਂ ਰੋਣੀਆਂ ਰੋਕ ਦਿੱਤੇ ਕੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਪੀ ਕੇ ਸ਼ਰਾਬ ਮਲ ਫਿਰੇ ਰੱਜਿਆ ਲਲਕਾਰ ਮਾਰਦਾ ਬੇਲੀ ਉਹ ਕਰਾਉਣੀ ਉਹ ਦੁਬਾਰਾ ਲੱਗਿਆ ਨਾਮ ਲੈ ਕੇ ਨਾਰਦਾ ਬੇਲ ਤਾਂ ਕਰਾਉਣੀ ਉਹ ਦੁਬਾਰਾ ਲੱਗਿਆ ਨਾਮ ਲੈ ਕੇ ਨਾਰਦਾ ਲੋਕੋ ਸੁੱਚੇ ਦੀਆਂ ਦੁਖੀ ਰਗਾਂ ਮੁੜ ਛੋਲੀਆਂ ਯਾਰ ਪੱਗ ਪੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਬੁੱਕਲੀ ਚੋਕਾ ਦਿੱਲੀ ਦਾ ਫੁੱਲ ਸ਼ਹਿਰ ਨੇ ਸਿੱਟ ਕੇ ਇਸ ਨੂੰ ਪਰੇ ਕਾੜ 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 ਕੀਤੇ ਫੈਰ ਫੇਰ ਨੇ ਰੌਂਦ ਨਿਕਲੇ ਪਰੇ ਆਏ ਛਾਤੀ ਦੀਆਂ ਨਾੜਾਂ ਨਾ ਥਿਉਣ ਟੋਣੀਆਂ ਐਸੇ ਖੋਲੇ ਫੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਬੱਕਰੇ ਬੁਲਾਉਂਦਾ ਸੀ ਗੰਡਾਸਾ ਫੜ ਕੇ ਜਿਹੜਾ ਵਿੱਚ ਹੱਥ ਦੇ ਕੰਧ ਵਾਂਗੂ ਸਿੱਧ ਦਾ ਦੜਮ ਕਰ ਕੇ ਵਿੱਚ ਭਰੀ ਸੱਥ ਦੇ ਹੋ ਗਈਆਂ ਨੇ ਬੰਦ ਲੱਭ ਜਾਂ ਮਿਟਾਲੀਆਂ ਉਹਨੇ ਫਟੇ ਫੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਸਿੱਧ ਕੇ ਗੰਡਾਸੀ ਉੱਥੋਂ ਭਾਗ ਬੱਚਿਆ ਮੌਕਾ ਜੀ ਹਟਾੜ ਕੇ ਸੂਰਮੇ ਨੇ ਢੂਹੀ ਉੱਤੇ ਫੈਰ ਛੱਡਿਆ ਰੱਖ ਦਿੱਤਾ ਰਾੜ ਕੇ ਮੁੰਦਰੀ ਨਾ ਮਿਲੀ ਅੱਖਾਂ ਬੰਦ ਹੋ ਲਈਆਂ ਖਾਲੀ ਰਹਿ ਗਏ ਹੱਥ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਹੋਰ ਫੁੱਲ ਦੇ ਵਿੱਚੋਂ ਫਿਰ ਲਾ ਗਈ ਅੱਗ ਦੀ ਕਿੱਠ ਲੰਮੀ ਨਿਕਲੀ ਸ਼ਮਲੇ ਦੇ ਕੋਲੋਂ ਵੀਰੋ ਕਿੱਥੇ ਭੱਜਦੀ ਮੱਲ ਉੱਤੇ ਸਿੱਧਲੀ ਪਿੰਡ ਦੀਆਂ ਲੋਕਾਂ ਬਾਰੀਆਂ ਵੀ ਟਾਲੀਆਂ ਬਹਿ ਕੇ ਚੁੱਪ ਬੱਟ ਨੇ ਬਹਿ ਕੇ ਚੁੱਪ ਬੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਗੇ ਹੋਏ ਜੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਸੁੱਚੇ ਨੇ ਫਿਰ ਹਾਰ ਕੇ ਨਹੀਂ ਮਾਰੀ ਦੁਬਾਰੇ ਕਹਿੰਦੇ ਹਰਖਿਆ ਹੋਇਆ ਇੰਨਾ ਸੀਗਾ ਗੁੱਤਨੀ ਤੂੰ ਫੜ ਕੇ ਖਿੱਚ ਲਈ ਜਿਵੇਂ ਚੂਹੇ ਨੂੰ ਪੂਛ ਫੜ ਕੇ ਖਿੱਚ ਲੈਂਦੇ ਆਪਾਂ ਐਂ ਕੱਟ ਲਈ ਮਿੰਨਤਾਂ ਕਰਨ ਲੱਗ ਗਈ ਤਰਲੇ ਪਾਉਣ ਲੱਗ ਗਈ ਜਦੋਂ ਨਾ ਸੋਚਿਆ ਸੀ ਉਹ ਸੂਰਮਾ ਦਾਰੂ ਉਹਨੂੰ ਪਤਾ ਸੀ ਵੀ ਰੰਮ ਲੈ ਗਿਆ ਜਿਹੜੀ ਫੌਜ ਚੋਂ ਉਹਦਾ ਅਲੀਆ ਬੋਤਲ ਇਕੱਠੀ ਪੀ ਗਿਆ ਹੱਥ ਬੰਨ ਲੇ ਕਹਿੰਦੀ ਬਖਸ਼ ਲੈ ਦੋਨੇ ਹੱਥ ਭਾਬੀ ਬੰਨਦੀ ਦੇਖੇ ਜਦ ਖੜੇ ਮਸ਼ਹਿਰੇ ਹੱਬੀ ਰੋਸੀ ਥਰ ਥਰ ਕੰਬਦੀ ਵੇ ਪਾਣੀ ਤੇਰਾ ਭਰਦੀਆਂ ਬਖਸ਼ ਦੇ ਜਾਨ ਦਿਓਰਾ ਪੈਰੀ ਸਿਰ ਧਰਦੀਆਂ ਬਖਸ਼ ਦੇ ਜਾਨ ਦਿਓੜਾ ਉਹ ਐਨੇ ਕਿਉਂ ਮਕਰੀ ਬਣਾਉਂਦੀ ਕੱਲਾ ਨਾਲ ਜਾਨ ਛਡਾਉਂਦੀ ਕਰਦੀਆਂ ਬਖਸ਼ ਦੇ ਜਾਨ ਦਿਓੜਾ ਵੇ ਪੈਰੀ ਸਿਰ ਧਰਦੀਆਂ ਉਹ ਬਖਸ਼ ਦੇ ਜਾਨ ਦਿਓੜਾ ਉਹ ਤਾਈਓ ਤਾਂ ਪਾਏ ਪੁਆੜੇ ਤੇਰੀ ਇੰਨੀ ਵੀ ਨੇ ਤਾਈਓ ਤਾਂ ਪਾਏ ਪੁਆੜੇ ਤੇਰੀ ਇੰਨੀ ਵੀ ਨੇ
ਲਾਤਾ ਸਾਡੀ ਦਾਗ ਅਣਖ ਨੂੰ ਆਨੇ ਦੀ ਤੀਵੀ ਨੇ ਬਣਨਾ ਕੀ ਦਸ ਵੈਰ ਨੇ ਬਣਨਾ ਕੀ ਦਸ ਵੈਰ ਨੇ ਐਨਾ ਘਬਰਾਈ ਤੋਂ ਝੋਟਾ ਤੇ ਜੱਟ ਭਾਬੀਏ ਹੈ ਮੁੜਦੇ ਨਾ ਆਈ ਤੋਂ ਝੋਟਾ ਤੇ ਜੱਟ ਭਾਬੀਏ ਕਹਿੰਦਾ ਸੁੱਚਾ ਕਹਿੰਦਾ ਝੋਟਾ ਤੇ ਜੱਟ ਭਾਬੀਏ ਹਟੀ ਸੁੱਚਾ ਕਹਿੰਦਾ ਹਾਂ ਸਾਡੀ ਤਾਂ ਇੱਜ਼ਤ ਭਾਬੀ ਭੱਠੀ ਵਿੱਚ ਝੋਕਦੀ ਹਾਂ ਸਾਡੀ ਤਾਂ ਇੱਜ਼ਤ ਭਾਬੀ ਨੀ ਭੱਠੀ ਵਿੱਚ ਝੋਕਦੀ ਹਾਂ ਇੰਨਾ ਕਹਿ ਗੋਲੀ ਜੱਟ ਨੇ ਛਾਤੀ ਵਿੱਚ ਠੋਕਦੀ ਹੋ ਮੱਚਦੀ ਅੱਗ ਬੁਝੀ ਮੇਵਿਆ ਹੋ ਮੱਚਦੀ ਅੱਗ ਬੁਝੀ ਸ਼ਮਲਿਆ ਮੁੱਦੇ ਮੂੰਹ ਪਾਈ ਤੋਂ ਝੋਟਾ ਤੇ ਜੱਟ ਭਾਬੀਏ ਹਮ ਮੁੜਦੇ ਨਾ ਆਈ ਤੋਂ ਝੋਟਾ ਤੇ ਜੱਟ ਭਾਬੀਏ ਕਹਿੰਦਾ ਭਾਬੀ ਹੁਣ ਨੀ ਮੁੜਿਆ ਜਾਣਾ ਮਾਰ ਕੇ ਗੋਲੀ ਮੁੱਦੇ ਮੂੰਹ ਕਰਤੀ ਉਹ ਵੀ ਸੋ ਸੁੱਚਾ ਸਿੰਘ ਸੂਰਮੇ ਦੀਆਂ ਜੇ ਅਗਲੀਆਂ ਗੱਲਾਂ ਬਾਤਾਂ ਹਲੇ ਇਸ ਤੋਂ ਬਾਅਦ ਸੁੱਚਾ ਸਿੰਘ ਸੂਰਮੇ ਨੂੰ ਇਹ ਤਾਂ ਕਹਿ ਦਈਏ ਨਾ ਵੀ ਲਿਖਿਆ ਵੀ ਤਿੰਨ ਕਤਲ ਮਾਫ ਸੀਗੇ ਇਸ ਤੋਂ ਬਾਅਦ ਸੁੱਚਾ ਸਿੰਘ ਸੂਰਮੇ ਨੇ ਬੁੱਚੜ ਸੋਧੇ ਉਹ ਇੱਕ ਵੱਖਰਾ ਇਤਿਹਾਸ ਹੈ ਉਸ ਤੋਂ ਬਾਅਦ ਬੁੱਚੜਾਂ ਨੂੰ ਸੋਧ ਕੇ ਸਜ਼ਾ ਕੱਟ ਕੇ ਇਹ ਨਾਭਾ ਪਟਿਆਲਾ ਰਿਆਸਤ ਦੇ ਵਿੱਚ ਦੁਬਾਰਾ ਪਿੰਡ ਆ ਕੇ ਫਿਰ ਸ਼ਾਂਤੀ ਨਾਲ ਰਹਿਣ ਲੱਗ ਜਾਂਦਾ ਹੁੰਦਾ ਖੇਤੀਬਾੜੀ ਕਰਨ ਲੱਗ ਗਿਆ ਸੀ ਸੁੱਚਾ ਸਿੰਘ ਸੂਰਮਾ ਆਪਦੇ ਪਿੰਡ ਆ ਕੇ ਸੰਤਾਂ ਨੇ ਲੋਕਾਂ ਨੇ ਇਕੱਠੇ ਹੋ ਕੇ ਮਤੇ ਪਾ ਕੇ ਨੇਕ ਚਰਨੀ ਤੇ ਦੁਬਾਰਾ ਛੜਵਾ ਲਿਆ ਸੀ ਖੇਤੀ ਕਰਨ ਲੱਗ ਗਿਆ ਸੀ ਆ ਕੇ ਦੁਬਾਰਾ ਪਰ ਫਿਰ ਦੁਬਾਰੇ ਸੁੱਚਾ ਸਿੰਘ ਸੂਰਮੇ ਨੂੰ ਇੱਕ ਵਾਰੀ ਫਿਰ ਬੰਦੂਕ ਚੱਕਣੀ ਪੈ ਗਈ ਸੀ ਉਹ ਇਤਿਹਾਸ ਕਿਤੇ ਲੰਮਾ ਗਾਹਾਂ ਗੱਲਾਂ ਬਾਤਾਂ ਨੇ ਕਿਵੇਂ ਦੁਬਾਰਾ ਫਿਰ ਫੜਿਆ ਗਿਆ ਕਿੱਦਾਂ ਇਹਨੂੰ ਫਾਹਾ ਲੱਗਿਆ ਉਹ ਸਾਰਾ ਇਤਿਹਾਸ ਹੋਰ ਹੈ ਅੱਜ ਵਾਲਾ ਜਿਹੜਾ ਪਾਠ ਸੀਗਾ ਸੁੱਚਾ ਸਿੰਘ ਸੂਰਮੇ ਦਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ ਆ